ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਵਾਕਈ ਆਈ ਐਮ ਰੀਅਲੀ ਇੰਟਰਸਟਿਡ ਟੂ ਨੋ ਕਿ ਅੱਜ ਕੱਲ੍ਹ ਜਿਹੜਾ ਇਹ ਇੰਨਾ ਅਨਪ੍ਰੈਸੀਡੈਂਟਡ, ਕਦੀ ਪਹਿਲੇ ਇਸ ਤਰ੍ਹਾਂ ਦਾ ਸ਼ਾਇਦ ਸਾਡੀ ਉਮਰ 'ਚ ਅਸੀਂ ਪੜ੍ਹਿਆ ਨੇ ਨਹੀਂ ਦੇਖਿਆ, ਇਸ ਤਰ੍ਹਾਂ ਦਾ ਕੋਈ ਵੀ ਟਾਈਮ ਗਲੋਬਲੀ ਪੂਰੇ ਵਰਲਡ ਦੇ ਵਿੱਚ ਜੋ ਹੋ ਰਿਹਾ ਕਰੋਨਾ ਵਾਇਰਸ ਕਰਕੇ, COVID-19, ਔਰ ਇਹ ਜਿਹੜਾ ਹੁਣ ਨਵਾਂ ਸੋਸ਼ਲ ਡਿਸਟੈਂਸਿੰਗ, ਸੈਲਫ ਆਈਸੋਲੇਟਿੰਗ, ਇੱਕ ਬੜੀ ਅਜੀਬ ਜੀ, ਇੱਕ ਕ੍ਰੇਜ਼ੀ ਟਾਈਮ ਹੈ, ਮਤਲਬ ਜਿਹਦਾ ਕੋਈ ਕੰਪੈਰੀਜ਼ਨ ਨਹੀਂ ਦਿਖਦਾ। ਇਸ ਟਾਈਮ ਦੇ ਉੱਤੇ ਹੋਪ ਤੁਸੀਂ ਸਾਰੇ ਵੈਲ ਹੋ ਔਰ ਮੇਰੇ ਨਾਲ ਜੁੜੇ ਹੋਏ ਹੋ। ਆਈ ਐਮ ਰੀਅਲੀ ਇੰਟਰਸਟਿਡ ਟੂ ਨੋ ਕਿ ਤੁਸੀਂ ਕਿਸ ਤਰ੍ਹਾਂ ਫੀਲ ਕਰ ਰਹੇ ਹੋ, ਹਾਊ ਯੂ ਡੀਲਿੰਗ ਵਿਦ ਦਿਸ। ਯੂ ਨੋ, ਹਰ ਵੇਲੇ ਨਿਊਜ਼ ਦੇ ਵਿੱਚ ਆਉਣਾ, ਸੁਣਨਾ, ਫਿਰ ਖਬਰ ਕਿ ਕਿੱਥੇ ਹੋਰ ਵੱਧ ਗਿਆ, ਫਿਰ ਹੋਰ ਵੱਧ ਗਿਆ, ਤੁਹਾਡੇ ਇਰਦ ਗਿਰਦ ਕੀ ਹੋ ਰਿਹਾ ਹੈ, ਇੱਕ ਡਰ, ਇੱਕ ਪੈਨਿਕ, ਸਭ ਦਾ ਇਹ ਮਿਕਸਚਰ, ਔਰ ਰਾਈਟ ਨਾਓ ਕਿਸ ਤਰ੍ਹਾਂ ਤੁਸੀਂ ਡੀਲ ਕਰ ਰਹੇ ਹੋ। ਆਈ ਐਮ ਰੀਅਲੀ ਰੀਅਲੀ ਕੀਨ ਕਿ ਮੈਨੂੰ ਤੁਸੀਂ ਦੱਸੋ। ਸੋ ਡੂ ਕਾਲ 7187865222 ਦੇ ਉੱਤੇ। ਆਈ ਨੋ, ਮੈਂ ਯੂ ਨੋ, ਜਿਸ ਤਰ੍ਹਾਂ ਕੰਟਰੀ ਨੇ ਕਿਹਾ, ਮੈਂ ਵੀ ਫੈਮਲੀ ਦੇ ਨਾਲ ਬਿਲਕੁਲ ਸੋਸ਼ਲ ਯੂ ਨੋ ਡਿਸਟੈਂਸਿੰਗ ਮੇਨਟੇਨ ਕਰ ਰਹੀ ਹਾਂ। ਇੱਥੇ ਕਾਰ ਦੇ ਵਿੱਚ ਆਪਣੇ ਆਪ ਡਰਾਈਵ ਕਰਕੇ ਆ ਕੇ ਯੂ ਨੋ ਤੁਹਾਡੇ ਨਾਲ ਮਿਲੀ ਹਾਂ। ਸਟੂਡੀਓ ਸਾਰਾ ਬਿਲਕੁਲ ਖਾਲੀ ਪਿਆ, ਬਿਲਕੁਲ ਮਿਨੀਮਮ ਯੂ ਨੋ ਸਟਾਫ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ, ਅਤੇ ਟੈਕ ਸਟਾਫ ਜਿਹੜੇ ਸਾਡੇ ਆ, ਅਸੀਂ ਵੀ ਆਰ ਕੀਪਿੰਗ ਮੋਰ ਦੈਨ 6 ਫੀਟ ਦਾ ਡਿਸਟੈਂਸ, ਲਾਈਕ ਯੂ ਨੋ ਸਟੇਇੰਗ ਅਵੇ, ਸੈਨੇਟਾਈਜ਼ਿੰਗ ਐਵਰੀਥਿੰਗ ਵੀ ਟੱਚ, ਜੋ ਵੀ ਟੱਚ ਕਰਦੇ ਹਾਂ ਸਭ ਸਾਫ਼ ਕਰਦੇ ਹਾਂ। ਸੋ ਉਸ ਹਿਸਾਬ ਨਾਲ ਸਾਰਾ ਕੁਛ ਕੋਸ਼ਿਸ਼ ਕਰ ਰਹੇ ਹਾਂ, ਜੋ ਵੀ ਇਸ ਵੇਲੇ ਇੰਸਟਰਕਸ਼ਨਸ ਹੈ ਹੈਲਥ ਪ੍ਰੋਫੈਸ਼ਨਲਸ ਤੋਂ, ਇੱਕ ਟੋਟਲ ਜਿਹੜੀ ਯੂ ਨੋ ਗਰੁੱਪ ਹੈ ਸਾਡਾ, ਗੱਲਬਾਤ ਦਾ ਹੀ ਨਹੀਂ, ਵੱਡੀ ਕਮਿਊਨਿਟੀ ਜਿਹੜੀ ਅਮੈਰੀਕਨ ਕਮਿਊਨਿਟੀ, ਇੰਡੀਅਨ ਕਮਿਊਨਿਟੀ, ਦੈਨ ਉਸ ਤੋਂ ਬਾਅਦ ਪੂਰੀ ਗਲੋਬਲ ਕਮਿਊਨਿਟੀ, ਇਸ ਵੇਲੇ ਵੀ ਆਰ ਆਲ ਗੋਇੰਗ ਥਰੂ ਦਾ ਸੇਮ ਥਿੰਗ। ਇਟਸ, ਆਈ ਮੀਨ, ਇਟਸ ਬਲੋਜ਼ ਮਾਈ ਮਾਈਂਡ ਇਹ ਸੋਚ ਕੇ ਕਿ ਕਿਹੜਾ ਇਹ ਐਸੀ ਚੀਜ਼ ਹੈ। ਬੜੀਆਂ ਸਾਰੀਆਂ ਚੀਜ਼ਾਂ ਇਸ ਵੇਲੇ ਧਿਆਨ ਆਉਂਦੀਆਂ ਮੇਰੇ 'ਚ, ਮੈਂ ਜ਼ਰੂਰ ਸ਼ੇਅਰ ਕਰਾਂਗੀ, ਤੁਸੀਂ ਤੁਹਾਡੇ ਧਿਆਨ ਵਿੱਚ ਕੀ ਆਉਂਦਾ। ਬਟ ਡੂ ਟੈਲ ਮੀ ਕਿ ਯੂ ਨੋ ਇਸ ਵੇਲੇ ਜਦੋਂ ਕਿ ਇੱਕ ਅਜੀਬ ਜਿਹਾ ਇਹ ਸਮਾਂ ਹੈ, ਅਤੇ ਤੁਹਾਡੇ ਮਨ ਵਿੱਚ ਕੀ ਚੱਲ ਰਿਹਾ, ਕੀ ਕਰ ਰਹੇ ਹੋ ਤੁਸੀਂ, ਯੂ ਨੋ ਐਕਸ਼ਨਸ ਕੀ ਲੈ ਰਹੇ ਹੋ, ਥੋਟਸ ਕਿਸ ਤਰ੍ਹਾਂ ਦੀਆਂ ਚੱਲ ਰਹੀਆਂ। ਸੋ ਐਵਰੀਥਿੰਗ, ਆਈ ਐਮ ਹੇਅਰ ਜਸਟ ਟੂ ਲਿਸਨ ਟੂ ਯੂ। ਸੋ ਡੂ ਕਾਲ, ਜਦ ਤੱਕ ਤੁਸੀਂ ਕਾਲ ਨਹੀਂ ਕਰਦੇ ਤਾਂ ਮੈਨੂੰ ਸਮਝ ਨਹੀਂ ਆਏਗੀ ਕਿ ਮੈਂ ਯੂ ਨੋ ਦੇਰ ਇਜ਼ ਨੋ ਪੁਆਇੰਟ, ਬਿਕੋਜ਼ ਆਈ ਐਮ ਨੋਟ ਐਕਸਪਰਟ ਔਨ ਦਿਸ। ਪਹਿਲੇ ਲੱਗਦਾ ਸੀ ਕਿ ਬਹੁਤ ਜ਼ਿਆਦਾ ਨਿਊਜ਼ ਸੁਣਨ ਨੂੰ ਮਿਲਦੀ ਹੈ ਯੂ ਨੋ ਕਰੋਨਾ ਵਾਇਰਸ, ਅਤੇ ਅਸੀਂ ਬੰਦ ਕਰ ਦੇਣਾ ਚਾਹੀਦਾ, ਔਰ ਜਦਕਿ ਮੈਂ ਹੁਣ ਵੀ ਕਹਾਂਗੀ ਕਿ ਨਿਊਜ਼ ਕਿੰਨਾ ਕਿੱਥੇ ਹੋ ਰਿਹਾ, ਥੋੜ੍ਹਾ ਦਿਨ 'ਚ ਦੋ ਵਾਰੀ, ਦਿਨ 'ਚ ਤਿੰਨ ਵਾਰੀ, ਇੱਕ ਵਾਰੀ ਆਪਣੀ ਲੋਕਲ ਕਮਿਊਨਿਟੀ 'ਚ ਕੀ ਹੋ ਰਿਹਾ, ਕੀ ਇੰਸਟਰਕਸ਼ਨਸ ਹੈਗੀਆਂ ਉਹ ਜ਼ਰੂਰ ਪਤਾ ਹੋਏ। ਬਟ ਸਾਰਾ ਟਾਈਮ ਉਹ ਜਿਹੜਾ ਚਲੀ ਜਾਂਦਾ, ਦੈਟ ਕ੍ਰੀਏਟਸ ਅ ਲੋਟ ਆਫ ਐਂਗਜ਼ਾਇਟੀ, ਸੋ ਉਹ ਨਾ ਕਰੀਏ। ਸੋ ਮੈਂ, ਆਈ ਵਾਜ਼ ਇਨ ਟੂ ਮਾਈਂਡਸ ਕਿ ਮੈਂ ਤੁਹਾਡੇ ਨਾਲ ਆ ਕੇ, ਤੁਸੀਂ ਸਾਰੇ ਵੀ ਕਹਿ ਰਹੇ ਹੋਣੇ ਹੋ ਕਿ ਕਿੰਨੇ ਬੰਦੇ ਜਿਹੜੇ ਹੈ ਸੇਮ ਚੀਜ਼ ਗੱਲ ਕਰ ਰਹੇ ਹੈ, ਸੋ ਅਰਵਿੰਦ ਕੌਰ ਦੇ ਨਾਲ ਡਿਫਰੈਂਟ ਗੱਲ ਕਰੀਏ। ਬਟ ਸਮ ਹਾਓ, ਜਦ ਤੱਕ ਅਸੀਂ ਪਰਿਵਾਰ ਦੇ ਵਿੱਚ ਇਸ ਬਾਰੇ ਗੱਲ ਨਾ ਕਰ ਲਈਏ, ਅੱਗੇ ਕਿਵੇਂ ਵਧੀਏ, ਯੂ ਨੋ ਕਿਸ ਤਰ੍ਹਾਂ ਕਰਦਾ, ਵੀ ਜਿਵੇਂ ਕੁਛ ਨਹੀਂ ਹੋ ਰਿਹਾ, ਜੋ ਹੈਗਾ ਠੀਕ ਹੈ, ਔਰ ਮੈਂ ਯੂ ਨੋ ਜਿਹੜੇ ਕੇਸਿਸ ਮੇਰੇ ਕੋਲ ਆਏ ਹੋਏ ਆ ਉਹਨਾਂ ਦੀ ਗੱਲ ਕਰ ਲਾਂ, ਉਹ ਹੋ ਨਹੀਂ ਸਕਦਾ, ਬਿਕੋਜ਼ ਮਨ ਦਿਮਾਗ ਫਿਰ ਉਸੇ ਦੇ ਜਾਂਦਾ। ਸੋ ਇਟਸ ਅ ਵੈਰੀ ਟਰਾਇੰਗ ਟਾਈਮ, ਟਫ ਟਾਈਮ ਹੈ, ਬਟ ਨਿਕਲ ਜਾਏਗਾ। ਇਸ ਪਿੱਛੇ ਜ਼ਰੂਰ ਕਹਾਂਗੀ, ਜ਼ਰੂਰ ਕਾਲ ਕਰੋ ਤਾਂ ਕਿ ਅਸੀਂ ਸਾਰੇ ਤੁਹਾਡੀ ਗੱਲ ਸੁਣ ਸਕੀਏ, ਔਰ ਯੂ ਨੋ ਸੋ ਮੈਨੀ ਥਿੰਗਸ ਹੈਵ ਟੂ ਬੀ ਟੋਕਡ। ਸੋ ਮੈਂ ਇੰਜ ਕਰਦੀ ਹਾਂ, ਬਿਨਾਂ ਟਾਈਮ ਵੇਸਟ ਕੀਤੇ ਤੁਹਾਡੀ ਪਹਿਲੇ ਹੀ ਕਾਲ ਲੈ ਲੈਂਦੀ ਹਾਂ ਕਿ ਤੁਸੀਂ ਕੀ ਕਹਿ ਰਹੇ ਹੋ। ਲੈਟ ਮੀ ਸੀ ਕੀ ਕਹਿ ਰਹੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਗੁਰਦੀਪ। ਸਤਿ ਸ਼੍ਰੀ ਅਕਾਲ ਗੁਰਦੀਪ ਜੀ, ਕੀ ਹਾਲ ਤੁਹਾਡਾ? ਯੂਸ ਵਧੀਆ ਹੋ ਤੁਸੀਂ? ਘਰ ਬੈਠੇ ਹੋ, ਬਾਹਰ ਤੇ ਨਹੀਂ ਜਾ ਰਹੇ ਜ਼ਿਆਦਾ? ਮੈਂ ਘਰ ਵਿੱਚ ਹੀ ਰਹਿਣਾ ਆ, ਔਰ ਕਾਫੀ ਪ੍ਰਿਕਾਸ਼ਨ ਵੀ ਰੱਖਦਾ ਆ ਜੀ ਜੀ, ਔਰ ਵਾਹਿਗੁਰੂ ਜੀ ਦਾ ਇੱਕ ਲਫ਼ਜ਼ ਹਮੇਸ਼ਾ ਯਾਦ ਰੱਖਦਾ ਆ ਕਿ ਜੋ ਕੁਛ ਵੀ ਹੁੰਦਾ ਅੱਛੇ ਲਈ ਹੁੰਦਾ ਹੈ। ਅਸੀਂ ਅੱਜ ਤੋਂ ਨਹੀਂ, ਜਨਮਾਂ ਜਨਮਾਂਤਰਾਂ ਤੋਂ ਸੁਣਦੇ ਆਏ ਆ, ਔਰ ਮੈਂ ਉਹਨੂੰ ਲਾਗੂ ਕਰਨਾ। ਇੱਕ ਛੋਟੀ ਜਿਹੀ ਕਹਾਣੀ ਦੱਸਣਾ ਚਾਹੁੰਦਾ। ਹਾਂਜੀ,
ਕਹਾਣੀ ਅਕਬਰ ਤੇ ਬੀਰਬਲ, ਇੱਕ ਵਾਰੀ ਉਹ ਅਕਬਰ ਤੇ ਬੀਰਬਲ ਆਈ ਥਿੰਕ ਗਏ ਅਸੀਂ ਸ਼ਿਕਾਰ ਕਰਨ। ਸਾਰਿਆਂ ਨੇ ਉਹ ਸੁਣੀ ਹੈ, ਤੁਹਾਡੇ ਤੋਂ ਹੀ ਸੁਣੀ ਹੈ। ਬਿਲਕੁਲ ਅੱਛਾ, ਸਹੀ, ਤੁਸੀਂ ਕੱਲ ਵੀ ਸੁਣਾ ਰਹੇ ਸੀਗੇ, ਬਟ ਉਹੀ ਹਾਂ ਕਿ ਹਾਂ ਸੁਣੀ ਆ, ਜੋ ਹੁੰਦਾ ਤੁਸੀਂ ਚੰਗੇ, ਸੁਣੀ ਹੈ, ਠੀਕ ਹੈ, ਜੋ ਹੁੰਦਾ ਚੰਗੇ ਵਾਸਤੇ ਹੁੰਦਾ। ਹਾਂਜੀ ਹਾਂਜੀ, ਮੈਂ ਇਹ ਕਹਿਣਾ ਹੈ ਕਿ ਉਹ ਜਿਹੜੇ ਲੋਕੀ ਆ ਉਹ ਘਾੜੀ ਤੋਂ ਹੀ ਸਿਹਤ ਮਿਲਦੀ ਹੈ, ਕਿ ਜਿਹੜੇ ਚਮਗਿੱਦੜ ਜਿਹਨਾਂ ਚੀਜ਼ਾਂ ਤੋਂ ਇਹ ਖਾ ਕੇ ਚਮ ਤਿੜਕਾਂ ਵਗੈਰਾ, ਉਹਨਾਂ ਨੂੰ ਅਕਲ ਆ ਜਾਏਗੀ ਕਿ ਇਹ ਯਾਰ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਇਨਸਾਨ ਲਈ ਨਹੀਂ ਬਣੀਆਂ। ਇਨਸਾਨ ਲਈ ਜੋ ਚੀਜ਼ਾਂ ਬਣੀਆਂ ਖਾਣ ਲਈ ਉਹ ਖਾਣੀਆਂ ਚਾਹੀਦੀਆਂ ਆ। ਮਤਲਬ ਸਾਨੂੰ ਐਸੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਜਿਹੜੀਆਂ ਦਰਖਤਾਂ ਦੇ ਲੱਗਦੀਆਂ, ਥੱਲੇ ਉੱਗਦੀਆਂ, ਜਿਹੜੀਆਂ ਅੱਗ ਨਾਲ ਚੀਜ਼ਾਂ ਬਣਦੀਆਂ ਉਹ ਜ਼ਿੰਦਗੀ 'ਚ ਘੱਟ ਤੋਂ ਘੱਟ ਖਾਣੀਆਂ ਚਾਹੀਦੀਆਂ ਜੇ ਬਚਣਾ ਤਾਂ, ਮੇਰੇ ਹਿਸਾਬ ਨਾਲ। ਜਿਹੜੀ ਵੀ ਚੀਜ਼ ਆ, ਅਸੀਂ ਪੰਜਾਬੀ ਲੋਕ ਜਿੰਨੇ ਵੀ ਹੈ ਨਾ, ਚੁੱਲ੍ਹਿਆਂ ਦੇ ਦੁਆਲੇ ਔਰਤਾਂ ਕੀ ਤੇ ਬੰਦੇ ਕੀ, ਆਹ ਬਣਾ ਲਓ, ਆਹ ਬਣਾ ਲਓ, ਯਾਰ ਘਾਸ ਫੂਸ ਖਾਓ, ਆਹ ਜਿਹੜੀਆਂ ਚੀਜ਼ਾਂ, ਸੈਲਡ, ਫਰੂਟ ਜੂਸ, ਇੱਦਾਂ ਦੀਆਂ ਚੀਜ਼ਾਂ ਖਾਈਏ, ਸ਼ਕਰਕੰਦੀ ਖਾਈਏ, ਮੂੰਗਫਲੀ ਖਾਈਏ, ਜਿਹੜੇ ਨਟਸ ਆ ਇਹ ਖਾਈਏ, ਰੋਗ ਸਾਰੇ ਭੱਜਣਗੇ ਆਪਣੀ ਸਿਹਤ ਤੇ। ਅਮੈਨਿਊ ਸਿਸਟਮ ਨੂੰ ਖਰਾਬ ਨਹੀਂ ਹੋਣ ਦੇਣਾ, ਜਿਹੜਾ ਅਮੈਨਿਊ ਸਿਸਟਮ ਖਰਾਬ ਹੈ ਉਹਨੂੰ ਕਰੋਨਾ ਪਕੜੇਗਾ, ਦੂਜੇ ਨੂੰ ਨਹੀਂ ਪਕੜੇਗਾ। ਇਮਿਊਨ ਸਿਸਟਮ ਸਟਰੋਂਗ ਕਰੀਏ, ਬਹੁਤ ਵਧੀਆ ਗੁਰਦੀਪ ਜੀ। ਔਰ ਲੇਟਰ ਇਨ ਦਾ ਸ਼ੋਅ ਨਾ ਤੁਸੀਂ ਫਿਰ ਦੁਬਾਰਾ ਕਾਲ ਕਰਿਓ, ਕਿਉਂਕਿ ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਕਿਸ ਤਰ੍ਹਾਂ ਡੀਲ ਕਰ ਰਹੇ ਹੋ, ਘਰ ਬੈਠੇ ਹੋ ਅਤੇ ਕੀ ਕੁਛ ਕਰ ਰਹੇ ਹੋ। ਸੋ ਲੇਟਰ ਵਿਲ ਟਾਕ ਅਬਾਊਟ ਦਿਸ। ਹੁਣ ਮੈਂ ਇਹਨਾਂ ਨੂੰ ਪੁੱਛਦੀ ਹਾਂ ਕਿ ਹਾਂ ਕਿਸ ਤਰ੍ਹਾਂ ਡੀਲ ਕਰ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਹਰਮਿੰਦਰ ਜੀ। ਸੋ ਕਿਸ ਤਰ੍ਹਾਂ ਡੀਲ ਕਰ ਰਹੇ ਹੋ, ਦਿਸ ਇਜ਼ ਅ ਟਫ ਟਾਈਮ, ਬਟ ਹਾਊ ਯੂ ਡੀਲਿੰਗ ਵਿਦ ਇਟ? ਮੈਂ ਇਹ ਕਹਿ ਰਹੀ ਹਾਂ, ਠੀਕ ਹੈ ਅਸੀਂ ਟਾਈਮ ਟਫ ਟਾਈਮ ਤੋਂ ਜਾ ਰਹੇ ਹਾਂ ਜੀ, ਪਰ ਇਹ ਲਾਈਫ ਹੈ, ਠੀਕ ਹੈ, ਤੇ ਜੋ ਕੁਝ ਹੁੰਦਾ ਹੈ ਅਸੀਂ ਨੈਗੇਟਿਵਿਟੀ ਨੂੰ ਪੋਜ਼ਿਟਿਵਿਟੀ ਵਿੱਚ ਲੈ ਕੇ ਚੱਲੀਏ ਤੇ ਟਾਈਮ ਬੜਾ ਸੋਹਣਾ ਬੀਤ ਜਾਂਦਾ। ਪਰ ਮਨ 'ਚ ਕੀ ਆ ਰਿਹਾ? ਇੱਕ ਵਾਰੀ ਆਂਦਾ ਤੇ ਜ਼ਰੂਰ ਹੋਣਾ ਵੀ ਲਾਈਕ ਇਟਸ, ਕਦੀ ਇਸ ਤਰ੍ਹਾਂ ਦਾ ਟਾਈਮ ਦੇਖਿਆ ਨਹੀਂ, ਮੈਨੂੰ ਨਹੀਂ ਧਿਆਨ ਇਸ ਤਰ੍ਹਾਂ। ਨਹੀਂ ਦੇਖਿਆ, ਪਰ ਕਹਿੰਦੇ ਨੇ ਕਿ 1918 ਵਿੱਚ ਵੀ ਇਸ ਤਰ੍ਹਾਂ ਸਵਾਈਨ ਫਲੂ ਆਇਆ ਸੀ ਤੇ ਕਾਫੀ ਡੈਥਸ ਹੋਈਆਂ ਸਨ, ਪਰ ਸਾਡੀ ਲਾਈਫ ਟਾਈਮ ਦੇ ਵਿੱਚ ਅਸੀਂ ਨਹੀਂ ਦੇਖਿਆ ਇਹੋ ਜਿਹਾ ਟਫ ਟਾਈਮ, ਨਹੀਂ ਦੇਖਿਆ। ਔਰ ਇਹਨਾਂ ਗਲੋਬਲ ਛੁੱਟੀ ਹੈ ਨਾਲੇ, ਇਹਨਾਂ ਗਲੋਬਲ ਹੋ ਜਾਣਾ ਕਿ ਪੂਰੇ ਵਰਲਡ ਵਿੱਚ, ਯੂ نو ਇਟਸ, ਹਾਂ, ਦ ਰੀਜ਼ਨ ਬੀਂਗ ਕਿ ਅਸੀਂ ਬੜੀ ਐਡਵਾਂਸ ਹੈਗੇ ਆ ਨਾ, ਕਿ ਇੱਕ ਮਿੰਟ 'ਚ ਇੱਥੇ ਤੇ ਇੱਕ ਮਿੰਟ 'ਚ ਉੱਥੇ, ਅੱਗੇ ਉਹ ਚੀਜ਼ ਨਹੀਂ ਸੀ ਤਾਂ ਨਹੀਂ ਨਾ ਹੁੰਦਾ ਸੀ, ਇੰਨੀ ਐਡਵਾਂਸਮੈਂਟ ਫੈਲਦਾ ਨਹੀਂ ਸੀ, ਬਿਲਕੁਲ, ਤੇ ਹੁਣ ਤਾਂ ਫੈਲ ਰਿਹਾ। ਪਰ ਅਸੀਂ ਸ਼ਾਂਤ ਰਹਿ ਕੇ ਡੀਲ ਕਰੀਏ। ਸੋਸ਼ਲ ਡਿਸਟੈਂਸਿੰਗ ਇਜ਼ ਦਾ ਬੈਸਟ ਵੇ ਕਿ ਅਸੀਂ ਆਪਣੇ ਆਪ ਨੂੰ ਦੂਰ ਰੱਖੀਏ 6 ਫੁੱਟ ਦੀ, ਅਗਰ ਨਾ ਹੀ ਜਾਈਏ ਇੱਕ ਦੂਜੇ ਦੇ ਘਰ। ਖੈਰ ਉਹ ਤੇ ਅੱਜ ਤੋਂ ਆਰਡਰ ਹੋ ਗਿਆ ਵੀ ਕੈਨਟ ਗੋ ਆਊਟ ਮੋਰ, ਐਂਡ ਸੀਨੀਅਰਸ ਦੇ ਹੈਵ ਟੂ ਸਟੇ ਹੋਮ, ਬਟ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਸਿਖਾਇਆ ਕਿ ਹੱਥ ਧੋਵੋ, ਦ ਮੇਨ ਥਿੰਗ ਇਜ਼ ਹੱਥ ਸੁਣੀ ਤਾਂ ਧੋਵੋ, ਟਾਈਮ ਨਾਲ ਧੋਵੋ। ਹੁਣ ਬੱਚੇ ਤੇ ਕੋਨਸੈਪਟ ਨਹੀਂ ਹੈ ਨਾ ਕਿ ਉਹ ਕਿੰਨੇ 20 ਸੈਕਿੰਡ ਕਿੰਨਾ ਟਾਈਮ ਲੱਗਦਾ, ਉਹ ਤੇ ਮਿੰਟ ਹੀ ਧੋ ਕੇ ਆ ਜਾਂਦੇ। ਅਸੀਂ ਉਹਨਾਂ ਨੂੰ ਇੱਕ ਮੂਲ ਮੰਤਰ ਦੱਸਿਆ ਕਿ ਤੁਸੀਂ ਮੂਲ ਮੰਤਰ ਦਾ ਪਾਠ ਕਰਨਾ ਜਦੋਂ ਹੱਥ ਧੋਣੇ ਆ, ਜਿਸ ਵਕਤ ਤੁਹਾਡਾ ਮੂਲ ਮੰਤਰ ਖਤਮ ਹੋ ਜਾਏ ਤੇ ਤੁਹਾਡੇ ਤੁਸੀਂ ਤਾਂ ਉੱਤੇ ਪਾਣੀ ਪਾਣਾ, ਰਗੜੀ ਜਾਣੇ ਹੱਥ ਇਧਰੋਂ ਵੀ, ਉਂਗਲਾਂ ਦੇ ਵਿੱਚੋਂ ਵੀ, ਐਂਡ ਇਟ ਵਰਕਡ ਵੈਰੀ ਵੈਲ ਬੱਚਿਆਂ ਨੂੰ। ਠੀਕ ਹੈ, ਬਹੁਤ ਵਧੀਆ ਗੱਲ ਹੈ, ਇਟਸ ਅ ਵੈਰੀ, ਹਾਂਜੀ ਹਾਂਜੀ, ਕਰ ਲੈਂਦੇ ਤੇ ਨਾਲ ਮੂਲ ਮੰਤਰ ਵੀ ਹੋ ਜਾਂਦਾ ਤੇ ਨਾਲੇ ਹੱਥ ਵੀ ਧੁੱਲ ਜਾਂਦੇ ਆ। ਸੋ ਹੱਥ ਧੋਣੇ ਤੇ ਸੋਸ਼ਲ ਡਿਸਟੈਂਸਿੰਗ, ਦੀਜ਼ ਆਰ ਦਾ ਟੂ ਥਿੰਗਸ ਜੋ ਅਸੀਂ ਨੂੰ ਕੰਟਰੋਲ ਕਰ ਸਕਦੇ ਹਾਂ। ਬਟ ਅਸੀਂ ਅਸੀਂ ਨਹੀਂ ਕਿਤੇ ਬਾਹਰ ਗਏ, ਬਟ ਅਸੀਂ ਆਪਣੇ ਆਪ ਨੂੰ ਬਹੁਤ ਬਿਜ਼ੀ ਰੱਖਿਆ ਹੋਇਆ ਹੈ। ਇਹਨੇ ਕਿ ਅਸੀਂ ਵਟਸਐਪ ਗਰੁੱਪ ਤੇ ਇੱਕ ਦੂਜੇ ਨਾਲ ਗੱਲਾਂ ਕਰ ਲੈਂਦੇ ਹਾਂ, ਫੋਨ ਤੇ ਗੱਲਾਂ ਕਰ ਲੈਂਦੇ ਹਾਂ, ਅਸੀਂ ਜਿਸ ਤਰ੍ਹਾਂ ਘਰ ਦੇ ਵਿੱਚ ਬੈਠ ਕੇ, ਮੈਨੂੰ ਤਾਂ ਟਾਈਮ ਮਿਲ ਗਿਆ, ਮੈਂ ਆਰਤੀ ਬੜੀ ਸੋਹਣੀ ਕਰ ਲੈਂਦੀ ਹਾਂ, ਪਰ ਮੈਂ ਨਵੀਂ ਟਿਊਨ ਉਹਦੇ ਤੇ ਯੂਟਿਊਬ ਤੋਂ ਅਸੀਂ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਇੱਕ ਦੂਜੇ ਨੂੰ ਵਟਸਐਪ ਮੈਸੇਜਿਸ ਕਰਕੇ, ਇੱਕ ਦੂਜੇ ਨਾਲ ਕੋਆਰਡੀਨੇਟ ਕਰਕੇ, ਤੇ ਅਸੀਂ ਸ਼ਬਦ ਇਕੱਠੇ ਪ੍ਰੈਕਟਿਸ ਕਰ ਲੈਂਦੇ ਹਾਂ। ਮੈਂ ਨਹੀਂ ਕਿ ਅਸੀਂ ਕੱਲ ਤੋਂ ਨਹੀਂ ਜਾਣਾ ਬੰਦ ਕੀਤਾ, ਅਸੀਂ ਪੂਰੇ 1 ਹਫ਼ਤਾ ਹੋ ਗਿਆ ਅਸੀਂ ਬਾਹਰ ਨਹੀਂ ਜਾ ਰਹੇ, ਅਸੀਂ ਘਰ ਦੇ ਵਿੱਚ ਰਹਿ ਰਹੇ ਹਾਂ, ਤੇ ਅਸੀਂ ਘਰ ਦੇ ਵਿੱਚ ਬੋਰ ਨਹੀਂ ਹੋਏ। ਵੀ ਆਰ ਡੂਇੰਗ ਸੋ ਮੈਨੀ ਥਿੰਗਸ। ਸਾਡੇ ਗੁਰਦੁਆਰੇ ਵਾਲਿਆਂ ਨੇ, ਸੈਨ ਹੋਜ਼ੇ ਵਾਲਿਆਂ ਨੇ, ਸੈਂਟਾ ਕਲਾਰਾ ਵਾਲਿਆਂ ਨੇ ਇੱਕ ਗਰੁੱਪ ਬਣਾਇਆ ਜਿਹੜੇ ਨੀਡੀ ਐਲਡਰਲੀ ਪੀਪਲ ਹੈਗੇ ਨੇ, ਜਿਹੜੇ ਇਕੱਲੇ ਖੁਦ ਸ਼ੋਪਿੰਗ ਕਰਨ ਨਹੀਂ ਜਾ ਸਕਦੇ। ਦਿਸ ਇਜ਼ ਦੈਟ ਨੰਬਰ, ਤੁਸੀਂ ਕਾਲ ਕਰੋ, ਤੁਹਾਨੂੰ ਡਰਾਈਵਿੰਗ ਦੀ ਲੋੜ ਹੈ, ਤੁਹਾਨੂੰ ਉਹ ਡਰਾਈਵਰ ਪ੍ਰੋਵਾਈਡ ਕਰਨਗੇ, ਤੁਹਾਨੂੰ ਕਾਰਖਾਨਾ ਪਹੁੰਚਾਉਣਾ ਉਹ ਪਹੁੰਚਾਉਣਗੇ। ਆਈ ਮੀਨ ਸਿੱਖ ਕਮਿਊਨਿਟੀ, ਸਾਰੀਆਂ ਕਮਿਊਨਿਟੀ ਕਰ ਰਹੀਆਂ ਨੇ, ਮੈਂ ਨਹੀਂ ਕਹਿੰਦੀ, ਪਰ ਗੁਰਦੁਆਰੇ ਵਾਲਿਆਂ ਨੇ ਇਹ ਬੜੇ ਸੋਹਣੇ ਐਫਰਟ ਚੁੱਕੇ ਨੇ ਕਿ ਆਈਸੋਲੇਸ਼ਨ ਫੀਲ ਹੀ ਨਾ ਉਹਨਾਂ ਨੂੰ ਹੋਣ ਦੇਣ,
ਤੁਸੀਂ ਫੀਲ ਲੋਨਲੀ ਫੀਲ ਕਰਦੇ ਹੋ, ਵੀ ਆਰ ਰੈਡੀ ਟੂ ਟਾਕ ਟੂ ਯੂ. ਸੋ ਆਈ ਮੀਨ ਇਹ ਬੜੇ ਸੋਹਣੇ ਐਫਰਟ ਚੁੱਕੇ ਗਏ ਨੇ, ਪਰ ਅਸੀਂ ਆਪਣੇ ਆਪ ਨੂੰ ਕਾਫੀ ਬਿਜ਼ੀ ਰੱਖਿਆ, ਬੱਚਿਆਂ ਨਾਲ ਗੱਲਾਂ ਕਰੀ ਦੀਆਂ ਨੇ, ਵੀਡੀਓ ਕਾਲ ਕਰੀ ਦੀਆਂ ਨੇ, ਆਪਣੇ ਫਰੈਂਡਸ ਨਾਲ ਕਰੀ ਦੀਆਂ ਨੇ. ਅਸੀਂ ਆਪਣਾ ਪਾਠ ਕਰ ਲਿਆ, ਹਾਰਮੋਨੀਅਮ ਬਜਾ ਲਿਆ, ਫੋਨ ਤੇ ਗੱਲ ਕਰ ਲਈ, ਟੀਵੀ ਦੇਖ ਲਿਆ. ਵੀ ਆਰ ਨਾਟ ਗੈਟਿੰਗ ਬੋਰਡ, ਆਈ ਨੋ ਇਟਸ ਹਾਰਡ ਟਾਈਮ, ਪਰ ਇਹ ਸੋਚ ਕੇ ਚੱਲਦੇ ਹਾਂ ਕਿ ਇਹ ਨਿਕਲ ਜਾਏਗਾ, ਨਿਕਲ ਜਾਏਗਾ. ਜੇ ਅਸੀਂ ਪ੍ਰੀਕੋਸ਼ਨਸ ਲਵਾਂਗੇ ਤੇ ਇਹ ਨਹੀਂ ਵਧੇਗਾ, ਨਹੀਂ ਵਧੇਗਾ. ਦੈਟਸ ਟਰੂ, ਵੈਰੀ ਟਰੂ. ਥੈਂਕ ਯੂ ਸੋ ਮਚ ਹਰਮਿੰਦਰ ਜੀ. ਹੋਰ ਵੀ ਕੁਛ ਯੂ ਨੋ ਧਿਆਨ ਆਏ ਜ਼ਰੂਰ ਵਾਪਸ ਕਾਲ ਕਰਕੇ ਦੱਸੋ, ਕਿਉਂਕਿ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ, ਸਿਰਫ ਇਹ ਨਹੀਂ ਕਿ ਹਾਓ ਆਰ ਯੂ ਡੀਲਿੰਗ ਵਿਦ ਇਟ, ਇਟ ਇਜ਼ ਟਫ. ਬਾਰ ਬਾਰ ਉਹ ਸੁਣਦੇ ਰਹਿਣਾ, ਐਂਗਜ਼ਾਇਟੀ, ਪੈਨਿਕ, ਸਭ ਦੇ ਮਨ ਦੇ ਵਿੱਚ ਇੱਕ ਬੜਾ ਅਜੀਬ ਜਿਹਾ ਡਰ ਦੇਖਿਆ ਕਿ ਸਾਰੇ ਜੋ ਕਹਿ ਰਹੇ ਸੀ ਕਿ ਨਹੀਂ ਰਾਤ ਨੂੰ ਨੀਂਦ ਨਹੀਂ ਆ ਰਹੀ, ਕਰੋਨਾ ਵਾਇਰਸ ਹੀ ਦਿਖ ਰਿਹਾ, ਕੁਛ ਨਾ ਕੁਛ ਉਹੀ ਹੋਈ ਜਾ ਰਿਹਾ, ਕਿਉਂਕਿ ਨਿਊਜ਼ ਵਿੱਚ ਤੁਸੀਂ ਉਹੀ ਦੇਖੀ ਜਾ ਰਹੇ ਹੋ. ਸੋ ਇਟ ਇਜ਼ ਟਫ, ਬਟ ਦੈਨ ਹੁਣ ਜਿਹੜਾ ਕਿ ਬਿਲਕੁਲ ਮਨਾ ਕਰ ਦਿੱਤਾ ਗਿਆ, ਔਰ ਜਿਸ ਤਰ੍ਹਾਂ ਪਹਿਲੇ ਕਹਿ ਰਹੇ ਹਾਂ, ਪਹਿਲੇ ਹੀ ਕਈਆਂ ਨੇ ਸਪੇਸਿੰਗ ਆਊਟ ਸ਼ੁਰੂ ਕਰਤੀ ਸੀ ਕਿ ਯੂ ਨੋ ਬਿਲਕੁਲ ਨੇੜੇ ਨਹੀਂ ਹੋਣਾ, ਔਰ ਹੁਣ ਘਰ ਵਿੱਚ ਰੁਕੋ, ਬਾਹਰ ਨਾ ਜਾਓ, ਰੈਸਟੋਰੈਂਟਸ ਵਗੈਰਾ ਸਭ ਬੰਦ ਹੋ ਗਈਆਂ. ਅਤੇ ਫਿਰ ਇੱਕ ਹੋਰ ਇਹ ਕਿ ਹੁਣ ਤੁਸੀਂ ਕੀ ਕਰ ਸਕਦੇ ਹੋ, ਹਾਓ ਯੂ ਡੀਲਿੰਗ ਵਿਦ ਦ ਫੈਮਿਲੀ, ਜਿਹੜਾ ਕਿ ਸ਼ਾਇਦ ਇਸ ਤਰ੍ਹਾਂ ਚਾਂਸ ਹੀ ਨਹੀਂ ਮਿਲਦਾ. ਪਰ ਇਹੀ ਟਾਈਮ ਹੈ ਕਿ ਕੋਈ ਕਹਿੰਦਾ ਕਿ ਹਾਂਜੀ ਸਾਡੀ ਲੜਾਈ ਵੀ ਜ਼ਿਆਦਾ ਹੋ ਰਹੀ ਹੈ, ਵੀ ਕਾਂਟ ਸਟੈਂਡ ਈਚ ਅਦਰ ਬਿਕੋਜ਼ ਅਸੀਂ ਬਹੁਤ ਜ਼ਿਆਦਾ ਘਰ ਬੈਠ ਰਹੇ ਹਾਂ. ਸੋ ਉਹਦੇ ਬਾਰੇ ਤੁਹਾਡਾ ਕੀ ਧਿਆਨ ਹੈ, ਖਿਆਲ ਹੈ? ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਜ਼ਰੂਰ ਕਾਲ ਕਰੋ. ਸਾਰਿਆਂ ਦਾ ਫਿਰ ਸਵਾਗਤ ਹੈ. ਗੱਲ ਹੋ ਰਹੀ ਹੈ ਅੱਜ ਦੇ ਟਾਈਮ ਦੀ, ਅੱਜ ਦੀ ਘੜੀ ਜਿਹੜੀ ਕਿ ਬਿਲਕੁਲ ਸ਼ਾਇਦ ਪਹਿਲੇ ਕਿਸੇ ਨੇ ਨਹੀਂ ਦੇਖੀ, ਔਰ ਬੜਾ ਅਜੀਬ ਟਾਈਮ ਹੈ. ਡਰ, ਖੌਫ, ਪੈਨਿਕ, ਸਭ ਕੁਛ ਯੂ ਨੋ ਮਹਿਸੂਸ ਸ਼ਾਇਦ ਤੁਸੀਂ ਕਰ ਰਹੇ ਹੋਵੋ ਜਾਂ ਕਰ ਚੁੱਕੇ ਹੋਵੋ ਵੇਰੀਅਸ ਟਾਈਮਸ 'ਤੇ. ਪਰ ਹਰਮਿੰਦਰ ਜੀ ਨੇ ਬੜੀ ਅੱਛੀ ਗੱਲ ਜਿਹੜੀ ਕੀਤੀ ਹੈ ਕਿ ਬਿਨਾਂ ਮਿਲੇ ਅਸੀਂ ਕਿਸ ਤਰ੍ਹਾਂ ਸੋਸ਼ਲ ਡਿਸਟੈਂਸਿੰਗ ਕਰ ਰਹੇ ਹਾਂ, ਪਰ ਇਮੋਸ਼ਨਲੀ ਅਸੀਂ ਇੱਕ ਦੂਜੇ ਦੇ ਸਪੋਰਟਰਸ ਕਿਸ ਤਰ੍ਹਾਂ ਬਣ ਸਕਦੇ ਹਾਂ. ਸੋ ਹੋਰ ਇਸੇ ਤਰ੍ਹਾਂ ਸਭ ਯੂ ਨੋ ਆਪਣਾ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਕਿਸੇ ਦੇ ਧਿਆਨ 'ਚ ਜਿਹੜੀ ਚੀਜ਼ ਨਹੀਂ ਆਉਂਦੀ ਉਹ ਆਪਣੀ ਜਗ੍ਹਾ ਦੇ ਵਿੱਚ ਉਹ ਵੀ ਫੋਲੋ ਕਰ ਸਕਦੇ ਹਾਂ. ਸੋ ਲੈਟਸ ਸੀ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ ਇਹਨਾਂ ਦਾ ਕੀ ਕਹਿਣਾ. ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਜਸਪ੍ਰੀਤ. ਹਾਂਜੀ, ਕਿੱਦਾਂ ਹੋ ਤੁਸੀਂ? ਠੀਕ ਹੋ ਨਾ? ਹਾਂਜੀ ਠੀਕ ਆ, ਤੇ ਬੜਾ ਅੱਛਾ ਤੁਸੀਂ ਇਨਾ ਮਤਲਬ ਫਿਰ ਤੁਹਾਨੂੰ ਘਬਰਾਹਟ ਜ਼ਿਆਦਾ ਹੁੰਦੀ ਹੈ, ਫਿਕਰ ਜ਼ਿਆਦਾ. ਨੋ ਦੈਟਸ ਟਰੂ. ਪਰ ਉਹ ਅਨਨੈਸੈਸਰੀ ਰਿਸਕ ਨਹੀਂ, ਜਿੱਦਾਂ ਹੁਣ ਬਿਲਕੁਲ ਮੇਰੇ ਦਾ ਫੇਵਰਿਟ ਰੈਸਟੋਰੈਂਟ ਗੋਲਡਨ ਖੁਰਾਲ ਸੀਗਾ, ਜਿੱਥੇ ਉਹ ਬਫੇ ਹੁੰਦੀ ਹੈ. ਤੇ ਉਹ ਹੁਣ ਸ਼ੁੱਕਰਵਾਰ ਤੋਂ ਉਹਨਾਂ ਨੇ ਜਾਣਾ ਬੰਦ ਕਰਤਾ. ਤੇ ਘਰ ਦਾ ਖਾਣਾ ਬਣਾਈਦਾ ਤੇ ਘਰੇ ਰਹੀਦਾ, ਜਿੱਦਾਂ ਘਰੇ ਬਸ ਹੋਮ ਕੁਆਰੰਟਾਈਨ ਹੋ ਗਿਆ ਜਸਟ ਲਾਈਕ ਦੈਟ. ਪਰ ਹੁਣ ਆਪਣੀ ਬੇਟੀ ਨੂੰ ਕਾਲ ਕੀਤਾ ਸੀ, ਓਹਦਾ ਹਾਲ ਚਾਲ ਪੁੱਛਿਆ, ਓਹਦਾ ਕੰਮ ਹੈਗਾ ਨਾ ਉਹ ਵਕੀਲ, ਸੋ ਕੋਰਟਸ ਬੰਦ ਹੋ ਗਏ ਤੇ ਸਭ ਕੁਛ ਕੰਮ ਕਾਫ ਹੋ ਗਿਆ ਤੇ ਘਰੋਂ ਨੇ ਬੜਿਆ ਨੇ ਕਿਹਾ ਕਿ ਹਾਈ ਕਾਲੇ ਪੈ ਰਹੇ ਆ, ਕੀ ਕਰੀਏ, ਯੂ ਨੋ. ਹੁਣ ਥੋੜਾ ਜਿਹਾ you start moving on, you get used to very fast. Younger generation used to bhi badi jaldi ho jandi hai, par pehle kam se kam pichla hafta unhone kafi complain kiti ke ghar baithe ho yahan, bas kithe jana hai, bas hun mere to nahi reha ja reha, you know, all that, because they are not used to. Yeah, right. Patience chahiye te sabr rakhida, I mean, what can you do? Par right,
wait it out, you know, and stay informed and stay safe. Definitely. Thank you so much, Jaspreet. और जरूर ये भी दस्यो कि you know कि थोनू जैसा गुरदीप जी ने क्या ऐ सीखना चाहिए फलाने नू ऐ सीखना चाहिए. I don't think this virus is even it's unbiased, it's impartial. कोई गरीब अमीर नहीं है देख रही, कोई काला गोरा नहीं देख रही, कोई ये नहीं देख रही कोई चंगा है कि माड़ा है, मतलब किसी नू भी हो सकती है. ठीक है, ओल्डर जनरेशन ज़्यादा डेंजर विच है रहे थे, या इम्यून सप्रेस्ड होए, कोई कॉम्प्रोमाइज्ड होए, जिन्होंने कोई होर अंडरलाइंग इश्यूज हैं, बट स्टिल होना सब कुछ ओ किन्ना सिम्टम्स जानता है की है, बट अदरवाइज कोई नहीं कि हाँ जी थोड़े को पैसे है गए हैं तो तुसी नहीं. एक चीज़ का ये रिमाइंडर ज़रूर है कि ग्लोबली ऐसी चीज़ हो रही है जड़ी कि असी कई बार सोचते सी ना भी सानू इम्पैक्ट नहीं होना, वो फलानी जगह हो रहा है. सारा वी ऑल आर जस्ट वन. वंस अगेन है एक मैनू यू नो कहते कन्फर्मेशन मिलती है कि सारे इन्ने डीपली कनैक्टिड हैं कि असी वो सोचते नहीं. आई एम होपिंग कि कुछ शिफ्ट आए ये नाल, जिस तरह यू नो कहीं कह रहे हैं कि हाँ कुछ सिखांगे कुछ सिखांगे, बट आई एम होपिंग कि एक टोटल ग्रुप कॉन्शियसनेस की ना शिफ्ट आए कि असी जीना किवें है. असी प्रोबेबली ये नेचर का ना एक धक्का है जस्ट टू रिमाइंड अस कि किवें जीना है. लैट सी होर की कह रहे ने ते इन्हां नूं पुछते हैं. हैलो, हाँ जी सत श्री अकाल. ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਗਿਆਨ ਸਿੰਘ ਜੀ, ਥੈਂਕ ਯੂ ਫੋਰ ਕਾਲਿੰਗ. ਕਿਉਂਕਿ ਸਾਨੂੰ ਇਹ ਵੀ ਲੱਗਦਾ ਹੈ ਕਿ ਤੁਸੀਂ ਬਜ਼ੁਰਗਾਂ ਨੇ ਤੁਹਾਡੇ 'ਚ ਪੇਸ਼ੈਂਸ ਜ਼ਿਆਦਾ ਹੈ, ਰੈਜ਼ਿਲੀਅੰਸ ਜ਼ਿਆਦਾ ਹੈ. ਹਾਂ, ਪਹਿਲੇ ਇੱਕ ਮਹੀਨੇ ਇਹ ਥੋੜ੍ਹਾ ਜਿਹਾ ਕਲੀਅਰ ਕਰਿਓ, ਜਿਵੇਂ ਕਹਿੰਦੇ ਬਾਹਰ ਨਾ ਨਿਕਲੋ. ਹਾਂਜੀ, ਇਹ ਹਵਾ ਵਿੱਚ ਵੀ ਵਾਇਰਸ ਹੈ ਕਿ ਕਿਸੇ ਬੰਦੇ ਤੋਂ ਬੰਦੇ ਨੂੰ ਹੋਗਾ? ਦੇਖੋ, ਮੈਂ ਐਕਸਪਰਟ ਨਹੀਂ ਹਾਂ ਅਤੇ ਜਿਹੜੇ ਐਕਸਪਰਟਸ ਵੀ ਹੈ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਇਸ ਵਾਇਰਸ ਦੀ ਸਮਝ ਹਾਲੇ ਨਹੀਂ ਹੋਈ, ਬਟ ਸਟਿਲ ਜਿੰਨਾ ਕੁ ਪਤਾ ਉਹਦੇ ਬਾਰੇ ਇਹ ਹੈ ਕਿ ਹਵਾ ਦੇ ਵਿੱਚ ਨਹੀਂ ਹੈ, ਪਰ ਜਦੋਂ ਤੁਸੀਂ ਕਿਸੇ ਬੰਦੇ ਦੇ ਨੇੜੇ ਦੂਰ ਤਾਂ ਰਹਿਣਾ ਜਾਂ ਸਰਫਸਿਸ ਦੇ ਉੱਤੇ ਹੈ. ਜੇ ਵਾਇਰਸ ਕਿਸੇ ਇੰਨੀ ਮਾਈਨਿਊਟ ਹੈ, ਜੇ ਸਰਫਸਿਸ ਦੇ ਉੱਤੇ ਕਿਸੇ ਸਟੀਲ ਦਾ ਨੋਬ ਹੈ, ਕੁਛ ਹੈ, ਜੇ ਕਿਸੇ ਹੋਰ ਨੇ ਟੱਚ ਕੀਤਾ ਜਿਹਨੂੰ ਹੈਗੀ ਹੈ, ਔਰ ਫਿਰ ਉਸ ਤੋਂ ਬਾਅਦ ਉਸੇ ਜਗ੍ਹਾ ਨੂੰ ਤੁਸੀਂ ਟੱਚ ਕੀਤਾ ਤਾਂ ਹੋ ਸਕਦੀ ਹੈ. ਅਤੇ ਜਿਹੜਾ ਉਹ ਨਿੱਛ ਅਤੇ ਖਾਂਸੀ ਹੈ, ਉਹਦੇ ਜਿਹੜੇ ਡਰੋਪਲੈਟਸ ਅਸੀਂ ਦਿਖਦੇ ਵੀ ਨਹੀਂ ਹੈ, ਦੂਰ ਦੂਰ ਤੱਕ ਜਾਂਦੇ ਹੈ, ਉਸ ਅਗਰ ਤੁਸੀਂ ਰੇਂਜ ਵਿੱਚ ਆ ਜਾਂਦੇ ਹੋ ਤਾਂ ਹੋ ਸਕਦੀ ਹੈ. ਏਅਰ ਦੇ ਵਿੱਚ ਫ੍ਰੀਲੀ ਮੂਵ ਕਰ ਰਹੀ ਹੈ, ਇਹ ਮੈਂ ਨਹੀਂ ਸੁਣਿਆ. ਹਾਂ, ਉਹ ਮੈਂ ਕਹਿੰਦਾ ਨਾ ਆਮ ਇਹ ਕਹਿੰਦੇ ਬਾਹਰ ਨਾ ਨਿਕਲੋ, ਜਿਵੇਂ ਅਸੀਂ ਦੋਏ ਜੀ ਰਹਿੰਦੇ ਘਰ ਦੇ ਵਿੱਚ ਅਪਾਰਟਮੈਂਟ ਦੇ ਵਿੱਚ, ਹਾਂਜੀ ਮੋਸਟਲੀ ਅਸੀਂ ਅੰਦਰ ਹੀ ਰਹਿੰਦੇ ਘਰ ਦੇ. ਠੀਕ ਹੈ, ਕੋਈ ਡਾਕਟਰ ਦੀ ਅਪਾਇੰਟਮੈਂਟ ਹੋਵੇ ਜਾਂ ਹਫਤੇ 'ਚ ਇੱਕ ਵਾਰੀ ਸ਼ੋਪਿੰਗ ਦੀ ਹੋਵੇ, ਹੈ ਨਾ ਗਰੋਸਰੀ ਦੀ, ਠੀਕ ਨਹੀਂ, ਇਸ ਤੋਂ ਬਾਅਦ ਸਾਨੂੰ ਬਾਹਰ ਜਾਣ ਦੀ ਕਿਤੇ ਲੋੜ ਪੈਂਦੀ ਨੀਗੀ, ਹੁਣ ਤੇ ਗੁਰੂ ਘਰ ਵੀ ਬੰਦ ਕਰਤਾ, ਠੀਕ ਨਹੀਂ? ਨਹੀਂ ਦੇਖੋ, ਬਾਹਰ ਜਿਹੜਾ ਨਹੀਂ ਨਿਕਲਣਾ ਦੀ ਗੱਲ ਕੀਤੀ ਹੈ ਨਾ ਉਹਨਾਂ ਨੇ, ਸੋਸ਼ਲ ਡਿਸਟੈਂਸਿੰਗ ਦਾ ਜਿਹੜਾ ਮਤਲਬ ਹੈ ਉਹ ਤੁਸੀਂ ਦੇਖੋ, ਅਗਰ ਤੁਸੀਂ ਨੇੜੇ ਨਿਊਯਾਰਕ ਵਰਗੀ ਜਗ੍ਹਾ 'ਤੇ ਤੁਸੀਂ ਅਗਰ ਬਾਹਰ ਗਏ ਹੋ, ਤੁਸੀਂ ਕਿਤੇ ਵੀ ਬੈਠੇ ਹੋ, ਰੈਸਟੋਰੈਂਟ 'ਚ ਬੈਠੇ ਹੋ, ਕਿਤੇ ਹੋਰ ਬੈਠੇ ਹੋ, ਲਾਇਬ੍ਰੇਰੀ 'ਚ ਬੈਠੇ ਹੋ, ਕਿਤੇ ਵੀ ਜਾ ਰਹੇ ਹੋ, ਕਿਸੇ ਲਾਈਨ 'ਚ ਲੱਗੇ ਹੋਏ ਹੋ, ਪਰ ਤੁਸੀਂ ਨੇੜੇ ਨੇੜੇ ਹੋ, ਜੇ ਇਸ ਬੰਦੇ ਨੂੰ ਆਏ ਤਾਂ ਇੱਥੇ ਪਹੁੰਚ ਜਾਏਗਾ, ਫਿਰ ਇਹਦੇ ਨੇੜੇ ਪਹੁੰਚ, ਜੇ ਤੁਸੀਂ ਵਿੱਚੋਂ ਕੱਟ ਦਿੰਦੇ ਹੋ, ਮਤਲਬ ਡਿਸਟੈਂਸ ਵਧਾ ਦਿੰਦੇ ਹੋ, ਔਰ ਉਹਦੀ ਜਿਹੜੀ ਕਾਬਿਲਤਾ ਹੈ ਉਹ ਇੱਥੇ ਤੱਕ ਹੈ, ਤਾਂ ਉਹ ਅਗਲੇ ਬੰਦੇ ਨੂੰ ਨਹੀਂ ਹੋਏਗਾ. ਇਸ ਪਿੱਛੇ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰੀ ਹੈ. ਹਾਂ, ਤੇ ਪਹਿਲੀ ਤਾਂ ਗੱਲ ਹੈ ਅਰਵਿੰਦ ਜੀ, ਅਸੀਂ ਇੱਕ ਵੈਜੀਟੇਰੀਅਨ ਪਰਿਵਾਰ ਹਾਂ ਜਮਾਂਦਰੂ ਤੋਂ ਹੀ ਜੀ, ਅਸੀਂ ਮੀਟ ਤੇ ਕੋਈ ਨਸ਼ਾ ਵਗੈਰਾ ਕੋਈ ਸਾਡੇ ਪਰਿਵਾਰ 'ਚ ਨਹੀਂ ਹੋਇਆ ਅੱਜ ਤਾਈਂ, ਮਹਾਰਾਜ ਦੀ ਕਿਰਪਾ ਹੈ, ਠੀਕ ਨਹੀਂ? ਤੇ ਇਹ ਵੀ ਸੁਣਿਆ ਕੋਈ ਮੀਟ ਵਗੈਰਾ 'ਚ ਤੋਂ ਵੀ ਇਹ ਗੱਲ ਆਈ ਹੈ, ਠੀਕ ਨਹੀਂ? ਉਹ ਸਾਰੀਆਂ ਅਫਵਾਹਾਂ ਹੈ, ਇਹ ਵੀ ਮੈਂ ਜ਼ਰੂਰ ਕਹਿਣਾ ਚਾਹੁੰਦੀ ਸੀ ਕਿ ਬੜੇ ਸਾਰੇ ਫੋਰਵਰਡਿੰਗ ਮੈਸੇਜਸ ਜਿਹੜੀਆਂ ਹੈ ਨਾ ਉਹਨਾਂ ਦੀ ਔਥੈਂਟਿਸਿਟੀ ਜ਼ਰੂਰ ਦੇਖੋ, ਚੈੱਕ ਕਰੋ ਕਿੱਥੇ ਦੀ ਨਿਊਜ਼ ਹੈ, ਔਰ ਆਪ ਵੀ ਉਹਦੀ ਚੇਨ ਦਾ ਨਾ ਕਾਰਨ ਨਾ ਬਣੋ ਕਿ ਫੋਰਵਰਡ ਇੱਕ ਮੈਸੇਜ ਦੇਖਿਆ ਉਹਨੂੰ ਅੱਗੇ ਫੋਰਵਰਡ ਕਰ ਦਿਆ, ਕਿਉਂਕਿ ਸਾਰੀਆਂ ਉਹ ਅਫਵਾਹਾਂ ਹੈ, ਸੋ ਉਹਦੇ ਨਾਲ ਪੈਨਿਕ ਜ਼ਿਆਦਾ ਕ੍ਰੀਏਟ ਹੁੰਦਾ ਹੈ. ਹਾਲੇ ਤੱਕ ਕੋਈ ਐਸੀ ਗੱਲ ਨਹੀਂ ਆਈ ਕਿ ਨੌਨ ਵੈਜ ਖਾਣ ਦੇ ਨਾਲ ਹੋਏਗਾ, ਐਸਾ ਕੁਛ ਨਹੀਂ ਆਇਆ ਹਾਲੇ. ਹਾਂ ਨਹੀਂ, ਪਹਿਲੇ ਸੁਣਨ 'ਚ ਹੋਇਆ ਵੀ ਇੱਥੋਂ ਸਟਾਰਟ ਹੋਇਆ, ਚਲੋ ਇੱਕ ਤਾਂ ਉਹ ਗੱਲ ਹੈਗੀ ਆ, ਦੂਜਾ ਅਸੀਂ ਜ਼ਿਆਦਾ ਸਮਾਂ ਘਰ ਦੇ ਅੰਦਰ ਹੀ ਰਹਿੰਦੇ ਹਾਂ, ਠੀਕ ਨਹੀਂ? ਸਾਨੂੰ ਲੋੜ ਪੈਂਦੀ ਨਹੀਂ ਬਾਹਰ ਜਾਣ ਦੀ, ਠੀਕ ਹੈ? ਤੇ ਜੇ ਥੋੜ੍ਹਾ ਬਹੁਤ ਜੇ ਅੱਧੇ ਘੰਟੇ ਲਈ ਜਾਣਾ ਵੀ ਧੁੱਪ ਨਿਕਲੇ ਬਾਹਰ, ਤੇ ਸਾਡੇ ਬਿਲਡਿੰਗ ਦੇ ਇਰਦ ਗਿਰਦ ਬਿਲਕੁਲ ਕੋਈ ਨਹੀਂ ਹੁੰਦਾ, ਇੱਕ ਚੱਕਰ ਲਗਾ ਕੇ ਧੁੱਪੇ ਬਹਿ ਕੇ ਅੰਦਰ ਹੀ ਆ ਜਾਂਦੇ ਹਾਂ, ਇੱਕ ਤਾਂ ਇੰਨਾ ਹੀ ਕਰਦੇ.
ਠੀਕ ਹੈ ਅੱਜ ਕੱਲ ਵੀ ਉਹ ਤਾਂ ਅੱਛਾ ਥੋੜਾ ਆਪਣੇ ਬਾਹਰ ਜਾਓ ਔਰ ਦੂਰ ਦੂਰ ਰੋ ਬੰਦਿਆਂ ਦੇ ਸਾਰੇ ਬੰਦੇ ਇਸ ਚੀਜ਼ ਨੂੰ ਐਪਰੀਸ਼ੀਏਟ ਕਰ ਰਹੇ ਹੈ ਜਿਹੜੇ ਕੋਈ ਦੂਰੋਂ ਦਿਖਦੇ ਵੀ ਹੈ ਤੇ ਉਹ ਰਸਤਾ ਬਦਲ ਲੈਂਦੇ ਆ ਦੂਰ ਕਰ ਲੈਂਦੇ ਆ ਆਪਣੇ ਆਪ ਨੂੰ ਸੋ ਹਵਾ ਖੁੱਲੀ ਹਵਾ ਅੱਛੀ ਹੈ ਬੈਕਯਾਰਡ ਹੈ ਕਿਸੇ ਦਾ ਉੱਥੇ ਐਕਸਰਸਾਈਜ਼ ਕਰਨੀ ਉਹ ਠੀਕ ਹੈ ਉਹ ਉਹਦੇ ਵਿੱਚ ਨਹੀਂ ਹੈ ਬਟ ਠੀਕ ਹੈ ਬਹੁਤ ਵਧੀਆ ਹੋਰ ਹਾਂਜੀ ਰੈਸਟੋਰੈਂਟਾਂ ਤਾਂ ਅਸੀਂ ਕਦੀ ਗਏ ਨਹੀਂ ਅੱਜ ਤੇ ਜਿਉਂ ਅਸੀਂ ਖਾਸ ਕਰਕੇ ਅਸੀਂ ਤਾਂ ਨਹੀਂ ਗਏ ਬੱਚੇ ਭਾਵੇਂ ਗਏ ਹੋਣਗੇ ਸਾਨੂੰ 25-30 ਚਲੋ ਹੁਣ ਬੰਦ ਹੀ ਹੋ ਗਏ ਇਸ ਵੇਲੇ ਤੇ ਬੰਦ ਹੀ ਹੋ ਗਏ ਹੈ ਸੋ ਘਬਰਾਉਣ ਦੀ ਜੇ ਖੁੱਲੇ ਸਾਡੇ ਲਈ ਸਾਡੇ ਵਾਸਤੇ ਪਹਿਲਾਂ ਬੰਦ ਸੀਗੇ ਅਸੀਂ ਬਾਹਰ ਕਦੀ ਵੀ ਨਹੀਂ ਖਾਧਾ ਹਾਂਜੀ ਅਸੀਂ ਤਾਂ ਇੱਦਾਂ ਹੀ ਗੁਜ਼ਾਰਾ ਕਰ ਲਿਆ ਜੋ ਸ਼ੁਰੂ ਤੋਂ ਕਰਦੇ ਉੱਦਾਂ ਹੀ ਕਰ ਲਿਆ ਹੁਣ ਅਸੀਂ ਦਾਲਾਂ ਵਗੈਰਾ ਆਟਾ ਵਗੈਰਾ ਸਾਡੇ ਕੋਲ ਮਹੀਨੇ ਦਾ ਤੇ ਰਾਸ਼ਨ ਉਹ ਹੈਗਾ ਹੀ ਆ ਸਬਜ਼ੀ ਆ ਜਾ ਕੇ ਰਹਿ ਗਈ ਹਫ਼ਤਾ 10 ਦਿਨ ਦੁੱਧ ਆ ਉਹ ਵੀ ਕੱਢ ਜਾਂਦਾ ਇੰਨਾ ਕੀ ਬਾਹਰ ਨਿਕਲਦੇ ਆ ਬਾਕੀ ਤਾਂ ਦੇਖੋ ਜੇ ਅਰਵਿੰਦ ਜੀ ਮੈਂ ਸਿਰੇ ਦੀ ਗੱਲ ਦੱਸ ਦਿੰਦਾ ਹੱਥ ਉਸ ਪਰਮਾਤਮਾ ਦਾ ਹੀ ਆ ਹਾਂਜੀ ਆਪਾਂ ਦੁੱਧ ਤੇ ਭਰੋਸਾ ਹੈਗਾ ਜਦੋਂ ਕੁਛ ਹੋਣਾ ਆ ਇਹ ਵਾਇਰਸ ਤੋਂ ਬਿਨਾਂ ਵੀ ਹੋ ਜਾਣਾ ਹੋਣਾ ਤਾਂ ਹੋ ਹੀ ਜਾਣਾ ਸਾਨੂੰ ਉਹ ਤੇ ਵੀ ਭਰੋਸਾ ਹੈਗਾ ਆਪਣੇ ਵੱਲੋਂ ਚਲੋ ਅਸੀਂ ਜੋ ਕੁਛ ਜਿੱਦਾਂ ਕਹਿੰਦੇ ਅਸੀਂ ਕਰੀ ਜਾਂਦੇ ਹਾਂ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਸੋ ਮਚ ਗਿਆਨ ਸਿੰਘ ਜੀ ਹਾਂ ਬਿਲਕੁਲ ਸਹੀ ਕਹਿ ਰਹੇ ਨੇ ਆਪਣੇ ਵਾਸਤੇ ਪ੍ਰੀਕੋਸ਼ਨਸ ਲੈਣੀ ਕਿ ਹਾਂ ਜੋ ਹੋਣਾ ਠੀਕ ਹੈ ਪਰ ਸਾਨੂੰ ਇਹ ਲੱਗਦਾ ਹੈ ਸਪੈਸ਼ਲੀ ਮੈਂ ਯੰਗਸਟਰਸ ਨੂੰ ਇਸ ਵੇਲੇ ਕਹਿ ਰਹੀ ਹਾਂ ਜਿਹੜੇ ਸੋਚਣ ਕਿ ਨਹੀਂ ਮੈਂ ਸੇਫ ਹਾਂ ਮੈਂ ਹੈਲਦੀ ਹਾਂ ਮੈਂ ਯੰਗ ਹਾਂ ਮੈਨੂੰ ਇਹ ਅਟੈਕ ਨਹੀਂ ਕਰ ਸਕਦਾ ਬਟ ਡੂ ਨੋਟ ਬਿਕਮ ਅ ਚੇਨ ਫੋਰ ਇਟ ਯੂ ਨੋ ਤੁਸੀਂ ਕਰੀਅਰ ਹੋ ਸਕਦੇ ਹੋ ਅਗਰ ਤੁਹਾਨੂੰ ਅਸਰ ਜ਼ਿਆਦਾ ਨਹੀਂ ਕਰੇਗਾ ਤਾਂ ਕਿਸੇ ਹੋਰ ਗ੍ਰੈਂਡ ਪੇਰੈਂਟ ਨੂੰ ਪੇਰੈਂਟ ਨੂੰ ਉਹਨੂੰ ਹੋ ਸਕਦਾ ਤੁਹਾਡਾ ਪੇਰੈਂਟ ਗ੍ਰੈਂਡ ਪੇਰੈਂਟ ਨਹੀਂ ਹੈ ਪਰ ਕੋਈ ਹੋਰ ਹੋ ਸਕਦਾ ਸੋ ਇਸ ਪਿੱਛੇ ਚੇਨ ਤੋੜਨੀ ਪਏਗੀ ਇਸ ਪਿੱਛੇ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਜਦ ਤੱਕ ਇਸ ਚੇਨ ਨੂੰ ਨਹੀਂ ਤੋੜਦੇ ਇਹ ਗਲੋਬਲੀ ਘੁੰਮਦਾ ਰਹੇਗਾ ਸੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ ਸਾਰਿਆਂ ਦਾ ਫਿਰ ਸਵਾਗਤ ਹੈ ਕਰੋਨਾ ਵਾਇਰਸ ਦਾ ਰੈਪਿਡ ਸਪਰੈਡ ਜਿਹੜਾ ਇੰਨੀ ਜਲਦੀ ਤੇਜ਼ੀ ਨਾਲ ਵਧਿਆ ਆਈ ਥਿੰਕ ਵੱਡੀ ਵੱਡੀ ਕੰਟਰੀਜ਼ ਦੇ ਵੱਡੇ ਵੱਡੇ ਲੋਕਾਂ ਦਾ ਤਾਂ ਆਫਕੋਰਸ ਵੱਡੇ ਵੱਡੇ ਪੋਲੀਟੀਸ਼ੀਅਨਸ ਦਾ ਗੋਡੇ ਲਗਵਾਤੇ ਬਟ ਇਸ ਵੇਲੇ ਤੁਸੀਂ ਕਿਸ ਤਰ੍ਹਾਂ ਡੀਲ ਕਰ ਰਹੇ ਹੋ ਜ਼ਰੂਰ ਦੱਸੋ ਲੈਟ ਮੀ ਸੀ ਇਹ ਕੀ ਕਹਿ ਰਹੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਜੀ ਮੈਨੂੰ ਆਵਾਜ਼ ਨਹੀਂ ਆ ਰਹੀ ਸੋ ਪਲੀਜ਼ ਦੁਬਾਰਾ ਕਾਲ ਕਰੋ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਹੀਂ ਹੁਣ ਪਹਿਲੇ ਸੁਣਾਈ ਨਹੀਂ ਦੇ ਰਿਹਾ ਸੀ ਅਰਵਿੰਦ ਜੀ ਓਕੇ ਓਕੇ ਮੈਨੂੰ ਸਾਨੂੰ ਤੁਹਾਡੀ ਆਵਾਜ਼ ਪੂਰੀ ਸੁਣਾਈ ਦੇ ਰਹੀ ਹੈ ਹਾਂਜੀ ਦੱਸੋ ਥੈਂਕ ਯੂ ਫੋਰ ਕਾਲਿੰਗ ਸਤਵਾਨ ਜੀ ਸਕੂਲ ਨਹੀਂ ਨਹੀਂ ਸਕੂਲ ਬੰਦ ਹੋ ਗਿਆ ਸੋ ਚੰਗਾ ਹੋਇਆ ਤੁਸੀਂ ਮੈਨੂੰ ਦੱਸ ਦਿੱਤਾ ਕਿ ਅੱਜ ਇਹ ਟੌਪਿਕ ਹੈਗਾ ਕਿਉਂਕਿ ਬਹੁਤ ਜ਼ਰੂਰੀ ਹੈਗਾ ਇਹ ਜਿੱਦਾਂ ਸਾਰਿਆਂ ਨਾਲ ਡਿਸਕਸ ਕਰਨਾ ਨਾ ਜੀ 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 ਤੇ ਜਿੱਦਾਂ ਤੁਸੀਂ ਬਿਲਕੁਲ ਠੀਕ ਕਹਿੰਦੇ ਆ ਕਿ ਸਾਰਿਆਂ ਦੀ ਜ਼ਿੰਦਗੀ ਜਿਹੜੀ ਆ ਬਹੁਤ ਜ਼ਬਰਦਸਤ ਤਰੀਕੇ ਨਾਲ ਜਿੱਦਾਂ ਇੰਪੈਕਟ ਹੋਈ ਹੋ ਰਹੀ ਹੈ ਇਸ ਵੇਲੇ ਜੀ ਤੇ ਪਰ ਅਰਵਿੰਦ ਜੀ ਮੈਂ ਮਤਲਬ ਮੈਂ ਇਹ ਸੋਚਦੀ ਹਾਂ ਦੇਖੋ ਕਿੰਨਾ ਸੂਕਸ਼ਮ ਕੀੜਾ ਹੈਗਾ ਇਹ ਰਾਈਟ ਬਿਲਕੁਲ ਤੇ ਜਿਵੇਂ ਤੁਸੀਂ ਕਿਹਾ ਮੇਰਾ ਖਿਆਲ ਆ ਕਿ ਸਾਨੂੰ ਨੇਚਰ ਵੀ ਇਹ ਸਮਝਾ ਰਹੀ ਆ ਕਿ ਸੂਕਸ਼ਮ ਦੇ ਬਾਰੇ ਵੀ ਸੋਚੋ ਕਿਉਂਕਿ ਇੰਨੀ ਤੋਂ ਇੰਨੀ ਸੂਕਸ਼ਮ ਚੀਜ਼ ਜਿਹੜੀ ਅੱਖਾਂ ਨਾਲ ਸਾਨੂੰ ਨਹੀਂ ਦਿਸਦੀ ਔਰ ਤੁਸੀਂ ਦੇਖ ਲਓ ਕਿੱਥੋਂ ਤੋਂ ਕਿੱਥੋਂ ਇਹਨੇ ਆ ਕੇ ਸਾਰੀਆਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਉਹਨੂੰ ਚੇਂਜ ਕਰ ਦਿੱਤਾ ਬਿਲਕੁਲ ਬਿਲਕੁਲ ਕਿੰਨਾ ਕਿੰਨਾ ਇੰਪੈਕਟ ਦੇਖੋ ਮਤਲਬ ਬਲੋਸ ਮਾਈ ਮਾਈਂਡ ਯੈਸ ਹਾਂਜੀ ਕਿਉਂਕਿ ਸਾਡਾ ਸਕੂਲ ਵੀ ਹੁਣ ਬੰਦ ਹੈਗਾ ਤੇ ਘਰੋਂ ਕੰਮ ਕਰ ਰਹੇ ਹਾਂ ਜਿੱਦਾਂ 9-3 ਅਸੀਂ ਘਰੋਂ ਕੰਮ ਕਰਦੇ ਹਾਂ ਠੀਕ ਹੈ ਅੱਛਾ ਜੀ ਤੇ ਲੌਂਗ ਯੂ ਨੋ ਡਿਸਟੈਂਸ ਲਰਨਿੰਗ ਸ਼ੁਰੂ ਕੀਤੀ ਹੈ ਸਕੂਲ ਵਾਲਿਆਂ ਨੇ ਰਾਈਟ ਔਰ ਬੇਟਾ ਨਿਊਯਾਰਕ ਕੰਮ ਕਰਦਾ ਉਹ ਵੀ ਘਰੋਂ ਹੀ ਕੰਮ ਕਰ ਰਿਹਾ ਇਸ ਵੇਲੇ ਸਕੂਲਾਂ ਦੇ ਵਿੱਚ ਕਿਹਦਾ ਚੱਲ ਰਿਹਾ ਇਟ ਮਸਟ ਬੀ ਅ ਨਿਊ ਵੇ ਲਾਈਕ ਯੂ ਨੋ ਥੋੜਾ ਯੂਜ਼ਡ ਟੂ ਹੋ ਗਏ ਹੁਣ ਸਾਰੇ ਟੀਚਰਸ ਉਸ ਤਰ੍ਹਾਂ ਪੜਾਉਣ ਨੂੰ ਨਹੀਂ ਨਹੀਂ ਯੂਜ਼ਡ ਟੂ ਤਾਂ ਨਹੀਂ ਹੋਏ ਹਲੇ ਤਾਂ ਸਾਰੇ ਜਿੱਦਾਂ ਮਤਲਬ ਪਹਿਲੇ ਤਾਂ ਪਹਿਲਾ ਹਫਤਾ ਪਿਛਲਾ ਸਾਰਾ ਹਫਤਾ ਤਾਂ ਸਾਰੇ ਬਹੁਤ ਯੂ ਨੋ ਨਰਵਸ ਸੀਗੇ ਸੋ ਮੈਂ ਵੀ ਜਿਵੇਂ ਤੁਸੀਂ ਕਿਹਾ ਮੈਂ ਵੀ ਸਾਰਿਆਂ ਨੂੰ ਮਤਲਬ ਕਿ ਮੈਸੇਜ ਇਹੀ ਭੇਜਿਆ ਕਿ ਦੇਖੋ ਫਿਜ਼ੀਕਲ ਡੈਥ ਜਿਹੜੀ ਆ ਉਹ ਤਾਂ ਸਰਟਨ ਹੈਗੀ ਆ ਇਸ ਪਲੈਨਟ ਦੇ ਉੱਪਰ ਜੀ 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 ਕਿਸ ਵੇਲੇ ਆਉਣੀ ਆ ਇਹ ਵੀ ਯੂਨੀਵਰਸ ਦੇ ਹੱਥ ਵਿੱਚ ਆ ਸਾਡੇ ਆਪਣੇ ਹੱਥ ਵਿੱਚ ਨਹੀਂ ਹੈ ਇਹ ਚੀਜ਼ ਜਿਹੜੀ ਆ ਅਸੀਂ ਉਹ ਸਾਨੂੰ ਗੁਰਬਾਣੀ ਵਾਰ ਵਾਰ ਸਮਝਾਉਂਦੀ ਆ ਕਿ ਜਦੋਂ ਸਵਾਸ ਸਮਾਂ ਸਥਾਨ ਜਿਹੜਾ ਹੈਗਾ ਉਹ ਇਕੱਠਾ ਹੋਣਾ ਉਦੋਂ ਸਾਡਾ ਉਹ ਤਾਂ ਪਹਿਲਾਂ ਹੀ ਲਿਖਿਆ ਹੋਇਆ ਐਂਡ ਆਈ ਬਿਲੀਵ ਦੈਟ ਓਕੇ
ਹਾਂਜੀ ਤੇ ਜੇ ਪਰ ਉਹਦੇ ਨਾਲ ਨਾਲ ਜਿਵੇਂ ਮੇਰੇ ਵੱਡੇ ਭੈਣ ਜੀ ਹਮੇਸ਼ਾ ਇਹ ਕਹਿੰਦੇ ਕਿ ਪਰਮਾਤਮਾ ਨੇ ਸਾਨੂੰ ਦਿਮਾਗ ਵੀ ਦਿੱਤਾ ਤੇ ਇਸ ਕਰਕੇ ਜਿੰਨੀਆਂ ਵੀ ਜਿਹੜੀਆਂ ਸਾਰੀਆਂ ਪ੍ਰੀਕੋਸ਼ਨਸ ਹੈ ਇਸ ਵੇਲੇ ਜਿਵੇਂ ਜੋ ਕੁਛ ਵੀ ਜਿਹੜੀਆਂ ਸਾਡੇ ਆਪਣੇ ਅੰਦਰ ਨੂੰ ਪਤਾ ਲੱਗਦਾ ਕਿ ਹੱਥ ਧੋਣ ਦੇ ਨਾਲ ਜਿਹੜਾ ਬਾਰ ਬਾਰ ਉਹ ਕਹਿ ਰਹੇ ਆ ਕਿ ਇੱਕ ਛੋਟੀ ਜਿਹੀ ਚੀਜ਼ ਜਿਹੜੀ ਆ ਹੱਥ ਧੋ ਕੇ ਜਾਓ ਅੰਦਰ ਹਰ ਕੰਮ ਹੱਥ ਧੋ ਕੇ ਕਰੋ ਖਾਣਾ ਬਣਾਉਣਾ ਹੱਥ ਧੋ ਕੇ ਕਰੋ ਜਿਵੇਂ ਤੁਸੀਂ ਕਹਿੰਦੇ ਇੱਕ ਦੂਸਰੇ ਤੋਂ ਥੋੜਾ ਡਿਸਟੈਂਸ ਰੱਖੋ ਕੁਛ ਸਮੇਂ ਲਈ ਕਰ ਲਓ ਕਿਉਂਕਿ ਜੇ ਤੁਸੀਂ ਹੁਣ ਦੂਰੋਂ ਕੋਈ ਖੜਾ ਹੋਵੇ ਉਹਨੂੰ ਗੱਲ ਕਰਨੀ ਆ ਤੇ ਪਿਆਰ ਨਾਲ ਉਹਦਾ ਨਾਂ ਲੈ ਕੇ ਉਹਦੀ ਆਵਾਜ਼ ਮਾਰ ਦੋ ਉਹਨੂੰ ਤਾਂ ਵੀ ਪਤਾ ਕਿ ਪਿਆਰ ਦਾ ਤਸੀਂ ਤਾਂ ਉਹਨੂੰ ਵੀ ਕਰਦੇ ਆ ਉਹਨੂੰ ਨਾ ਹਾਂਜੀ ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਪ੍ਰੀਕੋਸ਼ਨ ਜਿਹੜੀਆਂ ਹੈਗੀਆਂ ਉਹ ਅਸੀਂ ਬਿਲਕੁਲ ਲੈਣੀਆਂ ਪਰ ਨਾਲ ਨਾਲ ਮੇਰਾ ਖਿਆਲ ਬਹੁਤ ਸੈਲਫ ਰਿਫਲੈਕਸ਼ਨ ਦਾ ਟਾਈਮ ਹੈਗਾ ਮੇਰਾ ਮੈਨੂੰ ਤਾਂ ਆਪਣੇ ਆਪ ਦੇ ਇਹ ਲੱਗਦੇ ਆ ਆਈ ਟੋਟਲੀ ਐਗਰੀ ਮੈਨੂੰ ਵੀ ਇਹੀ ਲੱਗਦਾ ਔਰ ਯੂ ਨੋ ਤੁਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਘਰ ਵੀ ਕਈ ਵਾਰੀ ਹੁਣ ਕਿਉਂਕਿ ਸਾਰੇ ਇਕੱਠੇ ਆ ਤੇ ਗੱਲ ਹੁੰਦੀ ਹੈ ਤੇ ਮੈਂ ਕਹਿੰਦੀ ਆ ਕਿ ਮੈਂ ਹੋਪ ਕਰਦੀ ਆ ਕਿ ਦੁਨੀਆ ਸਾਰੀ ਨਾ ਇੱਕ ਸ਼ਿਫਟ ਆਏ ਇਹਦੇ ਵਿੱਚ ਹਾਊ ਵੀ ਲਿਵ ਹਾਊ ਵੀ ਥਿੰਕ ਔਰ ਅਰਵਿੰਦ ਜੀ ਮੈਨੂੰ ਲੱਗਦਾ ਕਿ ਤੁਹਾਡੀ ਤੇ ਸਾਡੀ ਇਹ ਜਿਹੜੀ ਅਰਦਾਸ ਆ ਨਾ ਹਾਂਜੀ ਇਹ ਹੋ ਸਕਦਾ ਇੱਕ ਉਸ ਦਾ ਜ਼ਰੀਆ ਵੀ ਹੋਵੇ ਹਾਂ ਸੋ ਆਈ ਥਿੰਕ ਵੀ ਆਲਸੋ ਨੀਡ ਟੂ ਬੀ ਗ੍ਰੇਟਫੁਲ ਟੂ ਦਿਸ ਮੈਂ ਧੰਨਵਾਦ ਵੀ ਕਰਦੀ ਹਾਂ ਔਰ ਮੈਂ ਇਹ ਕਹਿ ਰਹੀ ਹਾਂ ਕਿ ਚਾਹੇ ਸਾਡੀ ਇਹ ਸਭ ਦੀ ਖਾਹਿਸ਼ ਹੈ ਦੇ ਲਈ ਕਿ ਸਾਰਾ ਸੰਸਾਰ ਜਿਹੜਾ ਉਹ ਪਰਮਾਤਮਾ ਦਾ ਇੱਕ ਪਰਿਵਾਰ ਬਣ ਕੇ ਰਹੇ ਪਰ ਮੈਂ ਕਿਹਾ ਕਿ ਪਰਮਾਤਮਾ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਇੰਨੇ ਡਰ ਵਿੱਚ ਰਹੀਏ ਕਿ ਅਸੀਂ ਘਰੋਂ ਵੀ ਨਾ ਬਾਹਰ ਨਿਕਲ ਸਕੀਏ ਸੋ ਯੂ ਨੋ ਆਮ ਹੋਪਿੰਗ ਐਂਡ ਪ੍ਰੇਇੰਗ ਕਿ ਜਿਸ ਡਾਰਕ ਜਿਸ ਜਗ੍ਹਾ ਤੋਂ ਇਹ ਜਿਹੜਾ ਏਂਜਲ ਆਫ ਡੈਥ ਵੀ ਇਹਨੂੰ ਕਹਿੰਦੇ ਆ ਕਰੋਨਾ ਨੂੰ ਇਸ ਵੇਲੇ ਜਿਸ ਜਗ੍ਹਾ ਤੋਂ ਏਂਜਲ ਆਫ ਡੈਥ ਆਇਆ ਮੈਂ ਇਹ ਕਹਿੰਦੀ ਹਾਂ ਕਿ ਪਰਮਾਤਮਾ ਤੂੰ ਨਿਰਭਉ ਹੈਗਾ ਤੇ ਸਾਨੂੰ ਇਸ ਭੈ ਦੇ ਵਿੱਚੋਂ ਕੱਢਣ ਵਾਲਾ ਸਿਰਫ ਪਰਮਾਤਮਾ ਹੀ ਇੱਕ ਹੈਗਾ ਗੁਰਬਾਣੀ ਵੀ ਇਹ ਕਹਿੰਦੀ ਹੈ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ ਆਪਣੇ ਵੱਲੋਂ ਪੂਰੀਆਂ ਪ੍ਰੀਕੋਸ਼ਨਸ ਲੈ ਕੇ ਅਸੀਂ ਬਾਰ ਬਾਰ ਆਪਣੇ ਮਨ ਨੂੰ ਵੀ ਇਹੀ ਸਮਝਾਉਣਾ ਕਿ ਉਸ ਨਿਰਭਉ ਦੇ ਨਾਲ ਜੁੜ ਕੇ ਹੀ ਅਸੀਂ ਭੈ ਰਾਤ ਹੋ ਸਕਦੇ ਹੋਰ ਕਿਸੇ ਤਰੀਕੇ ਨਾਲ ਭੈ ਰਾਤ ਨਹੀਂ ਹੋ ਸਕਦੇ ਜੀ ਬਿਲਕੁਲ ਬਿਲਕੁਲ ਵੈਰੀ ਟਰੂ ਬਿਕੋਜ਼ ਇਸ ਵੇਲੇ ਡੈਫੀਨੇਟਲੀ ਇੱਕ ਪਾਸੇ ਹੈਗੇ ਕਿ ਯੂ ਨੋ ਉਸ ਰੱਬ ਨਾਲ ਜੁੜੀਏ ਸ਼ਾਇਦ ਇਹ ਟਾਈਮ ਮਿਲ ਰਿਹਾ ਨਹੀਂ ਤਾਂ ਅਸੀਂ ਹਮੇਸ਼ਾ ਇੱਕ ਵੱਡਾ ਬਾਨਾ ਸੀ ਕਿ ਟਾਈਮ ਨਹੀਂ ਹੈ ਹਾਂਜੀ ਤੇ ਬਾਕੀ ਜਿਹੜਾ ਇਹ ਜਿਵੇਂ ਵੀ ਕਹਿ ਰਹੇ ਕੋਈ ਪਤਾ ਨਹੀਂ ਕਿ ਕਿੱਥੋਂ ਇਹ ਹੋਇਆ ਯੂ ਨੋ ਕਿਸ ਤਰੀਕੇ ਨਾਲ ਇਹ ਸ਼ੁਰੂ ਹੋਇਆ ਕਿਉਂਕਿ ਯੂਨੀਵਰਸ ਦੇ ਵਿੱਚ ਜਦੋਂ ਵੀ ਜਿਹੜੀਆਂ ਮੈਸ ਐਕਸਟਿੰਕਸ਼ਨ ਹੋਣੀ ਆ ਉਦੋਂ ਕੋਈ ਨਾ ਕੋਈ ਚੀਜ਼ ਜਿਹੜੀ ਆ ਮਤਲਬ ਕਿ ਸ਼ੁਰੂ ਹੋ ਜਾਂਦੀ ਆ ਪ੍ਰਮਾਤਮਾ ਦੇ ਤਾਂ ਕਦੇ ਉਹ ਦੋਸ਼ ਨਹੀਂ ਜਾਂਦਾ ਨਾ ਯੂ ਨੋ ਵੀ ਡੋਂਟ ਨੋ ਵਟ ਦਾ ਕਾਜ਼ ਪਰ ਜਿੱਦਾਂ ਹੁਣ ਇਸ ਵੇਲੇ ਇਹ ਹੈਗਾ ਕਿ ਜਿੰਨੀਆਂ ਪ੍ਰੀਕੋਸ਼ਨਸ ਲੈ ਕੇ ਔਰ ਪ੍ਰਮਾਤਮਾ ਦੇ ਪਾਸੇ ਲੱਗਿਆ ਜਾ ਸਕੇ ਮੇਰਾ ਖਿਆਲ ਉਸ ਇਹੀ ਸਭ ਤੋਂ ਵੱਡੀ ਇੱਕ ਜਿਹੜੀ ਮੇਰੇ ਲਈ ਤਾਂ ਇਹੀ ਮੈਨੂੰ ਤਾਂ ਲੈਸਨ ਰਹੀ ਆ ਕਿ ਹਰ ਵੇਲੇ ਇਹ ਖਿਆਲ ਰੱਖੋ ਕਿ ਕਿਸੇ ਵੇਲੇ ਵੀ ਸਮਾਂ ਆ ਸਕਦਾ ਕੋਈ ਜ਼ਰੂਰੀ ਨਹੀਂ ਕਰੋਨਾ ਕਰਕੇ ਕਿਸੇ ਵੇਲੇ ਵੀ ਆ ਸਕਦਾ ਬਿਲਕੁਲ ਸਹੀ ਕਹਿ ਰਹੇ ਹੋ ਸਤਵੰਤ ਜੀ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਡਰ ਤੋਂ ਵੀ ਸਾਡਾ ਪਿਛਲੇ ਦਿਨਾਂ 'ਚ ਮੈਂ ਦੇਖਿਆ ਇਟ ਵਾਸ ਪੈਲਪੇਬਲ ਐਵਰੀਬਡੀ ਵਾਸ ਸੋ ਸਕੇਰਡ ਸੋ ਵਰੀਡ ਸੋ ਐਂਸ਼ੀਅਸ ਸੋ ਇੰਜ ਲੱਗਦਾ ਕਿ ਚਲੋ ਇੱਕ ਲੈਸਨ ਹੀ ਸਹੀ ਕਿਉਂਕਿ ਮੇਰਾ ਵਿਸ਼ਵਾਸ ਹੈ ਕਿ ਇਹ ਬੜੀ ਜਲਦੀ ਇਹਨੇ ਖਤਮ ਹੋ ਜਾਣਾ ਜਿਸ ਤਰ੍ਹਾਂ ਅਸੀਂ ਹੁਣ ਸਭ ਨੇ ਫੋਲੋ ਕਰਨਾ ਸ਼ੁਰੂ ਕਰਤਾ ਹੈ ਸੋਸ਼ਲ ਡਿਸਟੈਂਸਿੰਗ ਹੈਂਡ ਵਾਸ਼ਿੰਗ ਔਰ ਯੂ ਨੋ ਜਦ ਤੱਕ ਆਈ ਮੀਨ ਮੈਡੀਕਲੀ ਕੋਈ ਬ੍ਰੇਕ ਹੋਏ ਉਸ ਤੋਂ ਪਹਿਲੇ ਹੀ ਇਹ ਚਲਾ ਜਾਣਾ ਬਟ ਦ ਥਿੰਗ ਇਜ਼ ਕਿ ਇੱਕ ਜਿਹੜਾ ਮਨ ਦੇ ਵਿੱਚ ਆਉਂਦਾ ਇਹ ਨਾ ਹੋਏ ਕਿ ਜਿਵੇਂ ਅਸੀਂ ਹਰ ਫਿਊਨਰਲ 'ਤੇ ਜਾਂਦੇ ਹਾਂ ਨਾ ਤਾਂ ਆਪਣੀ ਮੋਰਟੈਲਿਟੀ ਯਾਦ ਆ ਜਾਂਦੀ ਔਰ ਥੋੜ੍ਹੇ ਦਿਨਾਂ ਬਾਅਦ ਉਹ ਭੁੱਲ ਜਾਂਦੇ ਹਾਂ ਨਹੀਂ ਮੈਂ ਦੱਸਾਂ ਤੁਹਾਨੂੰ ਅਰਵਿੰਦ ਜੀ ਸਵੇਰੇ ਅਸੀਂ ਬੇਟਾ ਕਹਿੰਦਾ ਮੰਮੀ ਆਪਾਂ ਸਵੇਰੇ ਸਵੇਰੇ ਜਾਈਏ ਕਿਉਂਕਿ ਸਾਡੇ ਬਜ਼ੁਰਗ ਘਰ ਹੈਗੇ ਆ ਸਾਡੇ ਪਿਤਾ ਜੀ 91 ਈਅਰ ਹੈਗੇ ਆ ਤੇ ਮਾਤਾ ਜੀ 87 ਈਅਰ ਹੈਗੇ ਆ ਇਸ ਕਰਕੇ ਅਸੀਂ ਥੋੜੇ ਜ਼ਿਆਦਾ ਵੀ ਪ੍ਰੀਕੋਸ਼ਨਸ ਹੈਗੀਆਂ ਔਰ ਅਸੀਂ ਵੀ ਆਈ ਮੀਨ ਆਮ ਇਨ ਸੇਫਟੀ ਸੋ ਆਬਵੀਅਸਲੀ ਆਮ ਇਨ ਲਾਈਨ ਮਾਈਸੈਲਫ ਐਗਜ਼ੈਕਟਲੀ ਨੋ ਵੀ ਆਲ ਫॉर ਆਰਸੈਲਵਸ ਆਲਸੋ ਹਾਂਜੀ ਤੇ ਅਸੀਂ ਫਿਰ ਸਵੇਰੇ ਸਵੇਰੇ ਅਸੀਂ ਕਿਹਾ ਚਲੋ ਸਵੇਰੇ ਸਵੇਰੇ ਗਰੋਸਰੀ ਕਰਨ ਕਿਉਂਕਿ ਸਾਡਾ ਮੇਨ ਤਾਂ ਹੁਣ ਵੈਸੇ ਲਈ ਗਰੋਸਰੀ ਦਾ ਔਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਈ ਹੈਵ ਟੂ ਰੀਅਲੀ ਲਿਟਰਲੀ ਸਿਟ ਡਾਊਨ ਬੈਠ ਕੇ ਪਹਿਲਾਂ ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸ਼ਾਂਤ ਕੀਤਾ ਮੈਂ ਆਪਣੇ ਆਪਣੇ ਮਨ ਨੂੰ ਕਿਹਾ ਕਿ ਪਹਿਲਾਂ ਤਾਂ ਪਰਮਾਤਮਾ ਦਾ ਨਾਂ ਲੈ ਔਰ ਆਪਣੇ ਅੰਦਰ ਜਿਹੜਾ ਡਰ ਆ ਨਾ ਕਿ ਕਿਤੋਂ ਤੋਂ ਫੜ ਲੈਣਾ ਇਹਨੂੰ ਕੱਢ ਕੇ ਜਾ ਤੇ ਰਸਤੇ 'ਚ ਫਿਰ ਮੈਂ ਆਪਣਾ ਬੇਟੇ ਦੇ ਨਾਲ ਅਸੀਂ ਦੋਨੇ ਮੂਲ ਮੰਤਰ ਦਾ ਪਾਠ ਗਾਉਂਦੇ ਗਾਉਂਦੇ ਗਏ ਔਰ ਜਿੱਦਾਂ ਸਾਨੂੰ ਪਤਾ ਵੀ ਨਹੀਂ ਲੱਗਾ ਉੱਥੇ ਔਰ ਇਹ ਤਾਂ ਸੱਚ ਹੀ ਬਿਊਟੀਫੁਲ ਇਨਵਾਇਰਮੈਂਟ ਲੋਕੀ ਤਾਂ ਬਹੁਤ ਸੀ ਉੱਥੇ ਸਾਰੇ ਸਿਆਣੇ ਆਲਮੋਸਟ ਸਾਡੇ ਉੱਥੇ ਆਏ ਹੋਏ ਸੀ ਸਾਢੇ ਪੰਜ ਵਜੇ ਦੀ ਗੱਲ ਕਰ ਰਹੀ ਹਾਂ ਅਰਵਿੰਦ ਜੀ 5:30 ਸਭ ਸਿਆਣੇ ਉੱਥੇ ਘੁੰਮ ਰਹੇ ਸੀ ਪਰ ਆਮ ਇਟ ਵਾਸ ਬਿਊਟੀਫੁਲ ਇਨਵਾਇਰਮੈਂਟ ਦੇਖੋ ਇੰਨੇ ਲੋਕੀ ਜਿਹੜੇ ਉੱਥੇ ਸਮਾਨ ਰੱਖ ਰਹੇ ਸੀ ਮੈਂ ਆਪਣੇ ਮਨ 'ਚ ਸੋਚ ਰਹੀ ਸੀ ਦੇਖੋ ਇਹਨਾਂ ਦਾ ਧੰਨਵਾਦ ਕਿੰਨਾ ਕਰੀਏ ਅਸੀਂ
ਇਹ ਵੀ ਤਾਂ ਉਸੇ ਪਰਮਾਤਮਾ ਦੀ ਸੰਤਾਨ ਹੈਗੀ ਆ ਜਿਹੜੇ ਮੋਹਰੇ ਬੈਠੇ ਆ ਸਾਡੇ ਲਈ ਗਰੋਸਰੀਜ਼ ਪਾ ਰਹੇ ਔਰ ਅਸੀਂ ਇੰਨਾ ਡਰ ਰਹੇ ਹਾਂ ਇੱਥੇ ਆਉਣ ਤੋਂ ਵੀ। ਜੀ ਬਿਲਕੁਲ ਬਿਲਕੁਲ ਵਧੀਆ, ਥੈਂਕ ਯੂ ਸੋ ਮਚ ਸਤਵਾਨ ਜੀ। ਹੋਰ ਵੀ ਕੁਛ ਧਿਆਨ ਆਏ ਜ਼ਰੂਰ ਦੱਸਿਓ, ਪਰ ਉਹੀ ਕਿ ਵੀ ਹੈਵ ਟੂ ਬੀ ਰੀਅਲੀ ਕੇਅਰਫੁਲ, ਪਰ ਇਹ ਬੈਲੈਂਸ ਕਿ ਫੀਅਰਫੁਲ ਨਹੀਂ ਹੋਣਾ ਪਰ ਕੌਸ਼ੀਅਸ ਜ਼ਰੂਰ ਹੋਣਾ। ਲੈਟ ਮੀ ਟੇਕ ਅ ਸ਼ੋਰਟ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ, ਬਹੁਤ ਵਧੀਆ। ਜੋ ਗੱਲਾਂ ਤੋਂ ਲੱਗਦਾ ਕਿ ਜਿਹੜੀ ਐਂਗਜ਼ਾਇਟੀ ਫੀਅਰ ਸੀ ਉਹ ਥੋੜ੍ਹਾ ਪਿੱਛੇ ਯੂ ਨੋ ਪਿਛਲੇ ਹਫ਼ਤੇ ਖਤਮ ਹੋਇਆ ਔਰ ਹੁਣ ਵੀ ਆਰ ਰੈਡੀ ਫੋਰ ਕਿ ਓਕੇ ਵੀ ਹੈਵ ਐਕਸੈਪਟਡ ਇਟ, ਸਾਰਿਆਂ ਨਾਲ ਹੀ ਹੈ, ਲੰਘਣਾ ਪਏਗਾ ਇਸ 'ਚੋਂ ਐਂਡ ਲੰਘ ਜਾਂਗੇ ਯੂ ਨੋ। ਹੁਣ ਤੁਸੀਂ ਕਾਰਜ ਕਰ ਕੇ ਰਹੋ ਯੂ ਨੋ, ਫੈਮਲੀ ਇਕੱਠੀ ਹੈ। ਮੈਨੂੰ ਕਿਸੇ ਨੇ ਕਿਹਾ ਕਿ ਉਹ ਸਾਡੀ ਤਾਂ ਜ਼ਿਆਦਾ ਲੜਾਈ ਹੋ ਰਹੀ ਹੈ ਕਿਉਂਕਿ ਬਹੁਤ ਟਾਈਮ ਇਕੱਠੇ ਰਹਿ ਰਹੇ ਹਾਂ ਔਰ ਯੂ ਨੋ ਬਾਹਰ ਨਿਕਲਣਾ ਨਹੀਂ ਮਿਲ ਰਿਹਾ। ਸੋ ਆਈ ਹੋਪ ਕਿ ਉਹ ਨਹੀਂ ਹੈ, ਸਗੋਂ ਕੀ ਕਰ ਰਹੇ ਹੋ ਤੁਸੀਂ ਯੂ ਨੋ ਟੂ ਹੈਵ ਦਿਸ ਟਾਈਮ ਐਜ਼ ਮਤਲਬ ਇੱਕ ਅੱਛੇ ਤਰ੍ਹਾਂ ਇਹ ਟਾਈਮ ਨੂੰ ਬਿਤਾਉਣ ਵਾਸਤੇ, ਕਿਉਂਕਿ ਪਤਾ ਨਹੀਂ ਟਾਈਮ ਮਿਲਿਆ ਅਤੇ ਉਹਦਾ ਕੀ ਫਾਇਦਾ ਉਠਾ ਸਕਦੇ ਹਾਂ। ਲੈਟ ਸੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਬਿਲਕੁਲ ਵਧੀਆ, ਕੌਣ ਬੋਲ ਰਹੇ ਹੋ ਜੀ? ਮੈਂ ਗੁਰਧਿਆਨ ਸਿੰਘ ਬੋਲ ਰਿਹਾ ਜੀ। ਹਾਂਜੀ ਸਵਾਗਤ ਹੈ, ਦੱਸੋ ਕੀ ਕਹਿੰਦੇ ਹੋ ਅੱਜ? ਬੇਟਾ ਜੀ ਮੈਂ ਤਾਂ ਇਹੋ ਹੀ ਦੱਸਦਾ ਵੀ ਜਿਵੇਂ ਹੁਣ ਦੇਖੋ ਚੱਲੀ ਵਾਇਰਸ, ਚੱਲੀ ਕਰੋਨਾ ਵਾਇਰਸ ਜੀ, ਇਹ ਦੁਨੀਆ ਦੇ ਹਿਸਾਬ ਨਾਲ ਤਾਂ ਇਹਦਾ ਜਿਹੜਾ ਕਿ ਲਲਾ ਲਲਾ ਹੋ ਗਈ ਹੈ, ਹਲਾਕਾਰ ਹੋ ਗਿਆ, ਕੁਛ ਤਾਂ ਮੀਡੀਆ ਨੇ ਜ਼ਿਆਦਾ ਇਹਨੂੰ ਚੁੱਕਤਾ ਹੈਗਾ। ਕੁਛ ਜਿਹੜੇ ਸਾਡੇ ਅਸੀਂ ਭਾਵੇਂ ਘਰ ਬੈਠੇ ਫੇਸਬੁੱਕ ਤੇ ਪਾਈ ਜਾਂਦੇ ਹਾਂ, ਇੰਨਿਆਂ ਦੀ ਡੈਥ ਹੋ ਗਈ ਹੈ, ਇੰਨੇ ਇੱਥੇ ਹੋ ਗਏ ਆ, ਇਹਦੇ ਨਾਲ ਵੀ ਕੁਛ ਦੁਨੀਆਂ ਤੇ ਜ਼ਿਆਦਾ ਡਰ ਭਾਉ ਜਿਹੜਾ ਇਹ ਹੋ ਗਿਆ। ਤੇ ਬਾਕੀ ਜਦੋਂ ਆਪਾਂ ਕੁਜ਼ਰਤ ਨੂੰ ਕਰ ਦਿੰਦੇ ਹਾਂ ਨਾ ਵੀ ਇਹਦੇ ਤੋਂ ਅਸੀਂ ਅੱਗੇ ਨਿਕਲ ਗਏ ਹਾਂ, ਉਹ ਫਿਰ ਆਪਾਂ ਚੈਲੰਜ ਜਿਹੜਾ ਨਹੀਂ ਉਹਨੂੰ ਕਰ ਸਕਦੇ। ਓਕੇ, ਇਹ ਕੁਜ਼ਰਤ ਨੇ ਕੀਤਾ ਅੱਜ ਤੱਕ ਕੋਈ, ਦੇਖੋ ਤੁਸੀਂ ਕਦੋਂ ਦਾ ਇਹ ਚੱਲ ਰਿਹਾ, ਕੋਈ ਇਹਦੇ ਤੇ ਰੁਕਾਵਟ ਨਹੀਂ ਪਾ ਸਕਿਆ। ਆਪਾਂ ਕਹਿ ਦਿੰਦੇ ਹਾਂ ਕਿ ਸਾਡੇ ਸਾਇੰਸਦਾਨ ਕਿਤੇ ਦੇ ਕਿਤੇ ਪਹੁੰਚ ਗਏ ਨੇ, ਬੰਬ ਬਣਾ ਸਕਦੇ ਨੇ, ਇਹ ਕਿੰਨਾ ਕੈਮੀਕਲ ਜਿਹੜਾ ਕਿ ਇਹ ਹੁਣ ਜਿਹੜਾ ਚੱਲਿਆ ਇਹਦੇ ਤਾਂ ਇੱਕ ਕੋਈ ਮੇਰਾ ਤਾਂ ਖਿਆਲ ਨਹੀਂ ਕੋਈ ਨਿਕਲਿਆ ਹੋਵੇ ਵੀ ਇਹਨੂੰ ਕਾਬੂ ਪਾਉਣ ਵਾਸਤੇ, ਹਾਰ ਕੇ ਇਹੋ ਹੀ ਹੋਇਆ ਵੀ ਤੁਸੀਂ ਅੰਦਰਾਂ ਚ ਵੜ ਜਾਓ। ਹਾਂ ਨਹੀਂ ਉਹੀ ਗੱਲ ਹੈ ਕਿ ਵਾਇਰਸ ਬੜੇ ਸਾਰੀਆਂ ਵਾਇਰਸ ਹਾਲੇ ਮੈਨਕਾਈਂਡ ਨੂੰ ਸਾਨੂੰ ਹਿਊਮਨ ਬੀਇੰਗਸ ਨੂੰ ਪਹਿਲੇ ਵੀ ਪਤਾ ਹੈ ਜਿਹਦਾ ਸਾਡੇ ਕੋਲ ਇਲਾਜ ਨਹੀਂ, ਅਸੀਂ ਉਹਨੂੰ ਲੰਘਣ ਦਿੰਦੇ ਹਾਂ, ਪਰ ਉਹ ਇਹ ਖਾਸ ਤੌਰ ਤੇ ਕਿਉਂਕਿ ਨਵੀਂ ਹੈ ਸੋ ਡਾਕਟਰਸ ਆਪਣੀਆਂ ਬੈਸਟ ਕਰ ਰਹੇ ਨੇ ਟ੍ਰੀਟਮੈਂਟ ਤੇ ਵੈਕਸੀਨੇਸ਼ਨ ਟ੍ਰੀਟਮੈਂਟ ਯੂ ਨੋ ਮੁਸ਼ਕਿਲ ਹੈ ਸਿਰਫ ਸਿਮਟਮਸ ਨੂੰ ਲੰਘਾਉਣ ਦਾ, ਸਿਮਟਮਸ ਨੂੰ ਘਟਾਉਣ ਦਾ ਉਹਨਾਂ ਕੋਲ ਜ਼ਿਆਦਾ ਟ੍ਰੀਟਮੈਂਟਸ ਹੈ, ਕਿਉਰ ਦਾ ਮੁਸ਼ਕਿਲ ਹੈ, ਬਟ ਸਟਿਲ ਜੋ ਵੀ ਹੈਗਾ ਮੈਡੀਕਲ ਬ੍ਰੇਕ ਥਰੂ ਜੋ ਵੀ ਜਿਹੜੀ ਨਿਊਜ਼ ਆਏਗੀ ਉਹ ਸਾਰੇ ਆਪਣਾ ਪੂਰਾ ਜ਼ੋਰ ਲਾ ਰਹੇ ਨੇ ਕਿਉਂਕਿ ਇਹ ਨਵੀਂ। ਹਾਂਜੀ ਅਰਥਪੋਕ ਆਏ ਨੇ ਉਹ ਵੀ ਤਾਂ ਸਿਰਫ ਉਹ ਪਰਮਾਤਮਾ ਦੀ ਦੇਣ ਹੈ, ਜਦੋਂ ਆਪਾਂ ਉਹਨੂੰ ਮੰਨਦੇ ਕਿਸੇ ਹੋਰ ਤਰੀਕੇ ਨਾਲ। ਅੱਜ ਆਪਾਂ ਕਹਿੰਦੇ ਹਾਂ ਕਿ ਬਾਣੀ ਦਾ ਬਹੁਤ ਜ਼ੋਰ ਹੈ, ਬਾਣੀ ਬੜੀ ਪੜ੍ਹੀ ਜਾਂਦੀ ਹੈ, ਆਪਾਂ ਸੁਣਨ ਵਾਲੇ ਵੀ ਬਹੁਤ ਆ, ਲੇਕਿਨ ਇਹਨੂੰ ਆਪਾਂ ਵਿਚਾਰਨ ਵਾਲੇ ਬਹੁਤ ਘੱਟ ਆ। ਬਹੁਤ ਵਧੀਆ, ਥੈਂਕ ਯੂ ਸੋ ਮਚ ਗੁਰਜਾਨ ਜੀ। ਤੁਸੀਂ ਇਸ ਤਰ੍ਹਾਂ ਕਿਵੇਂ ਡੀਲ ਕਰ ਰਹੇ ਹੋ ਇਹਦੇ ਨਾਲ? ਘਰ ਹੀ ਰਹਿ ਰਹੇ ਹੋ ਮਤਲਬ ਸੇਫ ਰਹਿ ਜੀ? ਘਰ ਹੀ ਆ ਜੀ, ਹੋਰ ਕਿੱਥੇ ਜਾਣਾ ਹੈ ਅਮਨ ਜੀ? ਫਿਰ ਉਹ ਜਿਵੇਂ ਕਿ ਲੋਕਾਂ ਦੇ ਨਾਲ ਜਿਹੜਾ ਕਿ ਉਹ ਕਰਨਾ ਪਏਗਾ ਜੀ। ਬਿਲਕੁਲ ਬਿਲਕੁਲ ਠੀਕ ਹੈ। ਹਾਂਜੀ ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ। ਇਸੇ ਚੀਜ਼ ਨੂੰ ਜਿਸ ਤਰ੍ਹਾਂ ਇਹ ਕਹਿ ਰਹੇ ਨੇ ਕਿ ਰੱਬ ਕਰ ਰਿਹਾ, ਨੇਚਰ ਕਰ ਰਹੀ ਹੈ, ਜੋ ਵੀ ਤੁਸੀਂ ਸੋਚਦੇ ਹੋ, ਪਰ ਕਿਤੇ ਨਾ ਕਿਤੇ ਯੂ ਨੋ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ, ਡਿਬੇਟੇਬਲ ਗੱਲ ਹੈ ਕਿ ਨੇਚਰ ਓਵਰਆਲ ਬੈਲੈਂਸ ਕਰਨ ਵਾਸਤੇ ਸ਼ਾਇਦ ਇਹ ਸਾਰਾ ਕੁਛ ਕਰਦੀ ਹੈ, ਪਰ ਅਸੀਂ ਭੁੱਲ ਜਾਂਦੇ ਹਾਂ ਉਸ ਚੀਜ਼ ਨੂੰ। ਕਿਤੇ ਨਾ ਕਿਤੇ ਟ੍ਰਿਗਰ ਪੁਆਇੰਟ ਜਾਂ ਗਲਤੀ ਹਿਊਮਨ ਕਾਇੰਡ ਦੀ ਹੈ, ਜੇ ਮੇ ਬੀ ਅਗਰ ਉਹ ਸ਼ੁਰੂਆਤ ਕਿਸੇ ਵੈਟ ਮਾਰਕੀਟ ਤੋਂ ਹੋਈ ਹੈ ਜਿੱਥੇ ਐਨੀਮਲਸ ਦੀ ਡਿਫਰੈਂਟ ਵਾਇਰਸਿਸ ਇਕੱਠੀਆਂ ਹੋਈਆਂ ਔਰ ਉਹ ਮਿਊਟੇਸ਼ਨ 'ਚ ਇੰਨੀ ਮਾੜੀ ਵਾਇਰਸ ਯੂ ਨੋ ਬਣ ਗਈ, ਜਾਂ ਫਿਰ ਕੋਈ ਹੋਰ ਚੀਜ਼ ਜਿਹੜੀ ਕਿ ਬੈਲੈਂਸ ਜਿਵੇਂ ਨੇਚਰ ਯੂ ਨੋ ਆਪਣੇ ਵੱਲੋਂ ਕਰਦੀ ਹੈ, ਕਿਉਂਕਿ ਅਸੀਂ ਉਹੀ ਜਿਵੇਂ ਅਰਥਕੁਏਕ ਕਹਿ ਰਹੇ ਹਾਂ, ਅਸੀਂ ਪਤਾ ਨਹੀਂ ਕਿੰਨਾ ਭਾਰ ਜਿਹੜਾ ਇਸ ਦੁਨੀਆਂ ਦੇ ਉੱਤੇ ਪਾਉਂਦੇ ਹਾਂ, ਪਰ ਅਸੀਂ ਭੁੱਲ ਜਾਂਦੇ ਹਾਂ ਕਿ ਸਾਨੂੰ ਸਾਡੀ ਇਹ ਧਰਤੀ ਮਾਂ ਕੀ ਦੇ ਰਹੀ ਹੈ, ਐਂਡ ਵੀ ਸਟਾਰਟ ਅਬਿਊਜ਼ਿੰਗ ਨੇਚਰ।
ਉਸ ਚੋਂ ਜ਼ਰੂਰ ਮੈਨੂੰ ਲੱਗਦਾ ਕਿ ਇਸ ਵੇਲੇ ਸਾਨੂੰ ਧਿਆਨ ਆਏ ਕਿ ਨਹੀਂ ਕੁਛ ਹੋਰ ਯੂ ਨੋ ਸਾਨੂੰ ਆਪਣਾ ਮਾਇੰਡ ਸ਼ਿਫਟ ਸਾਡਾ ਲਾਈਫ ਸਟਾਈਲ ਦਾ ਸ਼ਿਫਟ ਆਈ ਐਮ ਹੋਪਿੰਗ ਕਿ ਹੋਏ ਔਰ ਜਿਹੜੇ ਮੇਰੇ ਕਰਦੇ ਨੇ ਉਹ ਤਕਰੀਬਨ ਇਹ ਵੀ ਕਹਿੰਦੇ ਨੇ ਕਿ ਨਹੀਂ ਇਹ ਕੁਛ ਨਹੀਂ ਹੋਣਾ ਫਿਊਨਰਲ ਤੋਂ ਵਾਪਸ ਆ ਕੇ ਦੂਸਰੇ ਦਿਨ ਤੁਸੀਂ ਭੁੱਲ ਜਾਂਦੇ ਹੋ ਉੱਥੇ ਬੈਠ ਕੇ ਤੁਹਾਨੂੰ ਬੜਾ ਲੱਗਦਾ ਕਿ ਹਾਏ ਮੈਂ ਵੀ ਮੋਟਲ ਹਾਂ ਕੱਲ੍ਹ ਦੀ ਘੜੀ ਦਾ ਪਤਾ ਨਹੀਂ ਮੈਂ ਵੀ ਚਲੇ ਜਾਣਾ ਬਟ ਦੋ ਦਿਨਾਂ 'ਚ ਤੁਸੀਂ ਉਸ ਇਸ ਮਾਇਆ ਦੇ ਵਿੱਚ ਫਸ ਕੇ ਉਸ ਚੀਜ਼ ਨੂੰ ਭੁੱਲ ਜਾਂਦੇ ਹੋ ਆਈ ਐਮ ਹੋਪਿੰਗ ਕਿ ਉਹ ਨਾ ਹੋਏ ਅਤੇ ਯੂ ਨੋ ਮਾਰਚ ਅਪ੍ਰੈਲ ਵਿੱਚ ਜਦੋਂ ਵੀ ਇਹ ਸਾਰਾ ਸ਼ਿਫਟ ਹੁੰਦਾ ਔਰ ਸਾਨੂੰ ਜਿਹੜਾ ਮੌਕਾ ਮਿਲਿਆ ਘਰ ਬੈਠ ਕੇ ਸੋਚਣ ਦਾ ਇੰਟਰੋਸਪੈਕਟ ਜਿਵੇਂ ਸਤਵੰਤ ਜੀ ਨੇ ਕਿਹਾ ਇੱਕ ਪੂਰੀ ਸੁਸਾਇਟੀ ਵੱਲੋਂ ਇੱਕ ਇੰਟਰੋਸਪੈਕਟ ਕਰਨ ਦਾ ਜਿਹੜਾ ਮੌਕਾ ਮਿਲਿਆ ਉਹ ਕਿਤੇ ਜ਼ਰੂਰ ਪਹੁੰਚੇ ਤੁਸੀਂ ਇਸੇ ਤਰ੍ਹਾਂ ਕਾਲ ਕਰਦੇ ਰਹੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਸਾਰਿਆਂ ਦਾ ਫਿਰ ਸਵਾਗਤ ਹੈ ਇਸ ਘੜੀ ਦੇ ਵਿੱਚ ਜਿਹੜਾ ਨਿਊ ਨੋਰਮਲ ਹੈ ਯੂ ਨੋ ਉਹ ਆਟੋਮੈਟਿਕ ਤੁਹਾਡੀ ਬੋਡੀ ਸਿੱਖ ਰਹੀ ਹੈ ਕਿ ਡਿਸਟੈਂਸ 'ਤੇ ਚੱਲਣਾ ਹੈ ਡਿਸਟੈਂਸ 'ਤੇ ਰੱਖਣਾ ਹੈ ਸਭ ਨੂੰ ਐਂਡ ਇੱਕ ਤਰ੍ਹਾਂ ਨਾਲ ਇਹ ਰਿਐਲਿਟੀ ਹੈ ਕਿ ਤੁਸੀਂ ਵਾਕਈ ਹਰ ਵੇਲੇ ਨਿਊਜ਼ ਨਾ ਦੇਖੋ ਜਿਹੜੀ ਖਾਸ ਤੌਰ 'ਤੇ ਨੰਬਰਸ ਦੱਸ ਰਹੀ ਹੋਏ ਜਾਂ ਸਟਾਕ ਮਾਰਕੀਟ ਇੰਨੀ ਡੁੱਬ ਰਹੀ ਹੈ ਕਿ ਉਹਦੇ ਨਾਲ ਫੀਅਰ ਐਂਗਜ਼ਾਇਟੀ ਔਰ ਮੈਂ ਕਈਆਂ ਨੂੰ ਦੇਖਿਆ ਜਿਨ੍ਹਾਂ ਨੇ ਕੋਈ ਪੈਸੇ ਵੀ ਨਹੀਂ ਪਾਏ ਹੋਏ ਬਟ ਸਟਾਕ ਮਾਰਕੀਟ ਇੰਨੀ ਜਦੋਂ ਡਿਪ ਕੀਤੀ ਯੂ ਨੋ ਅਤੇ ਇੰਨੀ ਐਂਗਜ਼ਾਇਟੀ ਹੋ ਰਹੀ ਹੈ ਕਿ ਹਾਏ ਕੁਛ ਹੋ ਗਿਆ ਕੁਛ ਬਹੁਤ ਜ਼ਿਆਦਾ ਹੋ ਗਿਆ ਸੋ ਓਵਰਆਲ ਜਿਹੜਾ ਇਹਦਾ ਇੰਪੈਕਟ ਬੜਾ ਹੁੰਦਾ ਸੋ ਸੇਵ ਯੂਰ ਸੈਲਫ ਫਰੋਮ ਦੈਟ ਐਂਡ ਫੈਮਿਲੀ ਦੇ ਨਾਲ ਯੂ ਨੋ ਦੇ ਆਰ ਸੋ ਮੈਨੀ ਮੋਰ ਵੇਜ਼ ਜਿਹਦੇ ਨਾਲ ਤੁਸੀਂ ਇਹ ਟਾਈਮ ਸਪੈਂਡ ਕਰ ਸਕਦੇ ਹੋ ਕੌਨਸ਼ੀਅਸਲੀ ਪਾਠ ਕਰ ਸਕਦੇ ਹੋ ਕੋਈ ਕੀਰਤਨ ਕਰ ਸਕਦੇ ਹੋ ਮਿਊਜ਼ਿਕ ਸੁਣ ਸਕਦੇ ਹੋ ਕੋਈ ਓਲਡ ਮੂਵੀਜ਼ ਜਿਹੜੀਆਂ ਕਿ ਤੁਸੀਂ ਕੈਚਅਪ ਕਰਨੀਆਂ ਨੇ ਸ਼ੋਜ਼ ਉਹ ਦੇਖ ਸਕਦੇ ਹੋ ਬੋਰਡ ਗੇਮਸ ਖੇਲ ਸਕਦੇ ਹੋ ਸੋ ਯੂ ਨੋ ਬੀਇੰਗ ਐਟ ਹੋਮ ਐਂਡ ਜਿਵੇਂ ਦੋ ਬੰਦੇ ਆ ਜਾਂ ਇੱਕ ਬੰਦਾ ਹੈ ਕੋਈ ਉਹ ਫੋਨ ਦੇ ਉੱਤੇ ਫੇਸ ਟਾਈਮ ਇਜ਼ ਅ ਗ੍ਰੇਟ ਥਿੰਗ ਕਿ ਉਹਦੇ ਨਾਲ ਤੁਸੀਂ ਆਪਣੇ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਗੱਲ ਕਰੋ ਸਟੇ ਮੋਰ ਕਨੈਕਟਡ ਕਈ ਵਾਰੀ ਜਿਸ ਤਰ੍ਹਾਂ ਜਸਪ੍ਰੀਤ ਨੇ ਕਿਹਾ ਮੈਂ ਬੇਟੀ ਨੂੰ ਕਾਲ ਕੀਤੀ ਉਹਨੂੰ ਸ਼ਾਇਦ ਉਂਝ ਟਾਈਮ ਨਾ ਮਿਲਦਾ ਹੋਵੇ ਪਰ ਹੁਣ ਖਾਲੀ ਹੈ ਹੁਣ ਬੇਟੀ ਨੂੰ ਟਾਈਮ ਮਿਲੇਗਾ ਅਤੇ ਫੇਸ ਟਾਈਮ ਕਰ ਲਓ ਕਿ ਹਾਂਜੀ ਤੂੰ ਠੀਕ ਹੈ ਕਰ ਰਹੀ ਹੈ ਐਟਲੀਸਟ ਸਟੇ ਇਮੋਸ਼ਨਲੀ ਕਨੈਕਟਡ ਬਿਕੋਜ਼ ਜਿੰਨਾ ਅਸੀਂ ਹੈਂਡ ਵਾਸ਼ ਵਗੈਰਾ ਕਹਿ ਰਹੇ ਹਾਂ ਇੱਕ ਹੋਰ ਗੱਲ ਕਰਦੇ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਕੌਣ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਮੈਂ ਬਿਨਾਂ ਨਾਂ ਦੱਸਣ ਤੋਂ ਬਿਨਾਂ ਯੋਗਤਾ ਤੇ ਕੁਛ 2-4 ਮਿੰਟ ਉਪਾਅ ਵੀ ਦੱਸੂਗਾ ਕੁਛ ਬਸ ਜ਼ਿੰਦਗੀ ਦਾ ਤਜਰਬਾ ਵੀ ਸਾਂਝਾ ਕਰਦਾ ਜ਼ਰੂਰ ਠੀਕ ਹੈ ਪਰ ਅਸੀਂ ਤਜਰਬਾ ਜਿਹੜਾ ਉਪਾਅ ਹੈ ਨਾ ਇਸ ਬਿਮਾਰੀ ਦੇ ਉਪਾਅ ਤਾਂ ਨਹੀਂ ਦੱਸ ਰਹੇ ਨਹੀਂ ਮੈਂ ਬਿਮਾਰੀ ਬਾਰੇ ਦੱਸ ਰਿਹਾ ਨਾ ਤੁਹਾਨੂੰ ਉਹੀ ਦੱਸੂਗਾ ਇਸ ਦੇ ਰਿਲੇਟਡ ਅੰਡਰ ਯੋਰ ਸਬਜੈਕਟ ਤੇ ਚੱਲੂਗਾ ਬਾਅਦ ਚ ਨਹੀਂ 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 ਉਹ ਠੀਕ ਹੈ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹ ਰਹੀ ਸੀ ਕਿ ਮੈਂ ਸਾਰਿਆਂ ਨੂੰ ਵੀ ਇਹੀ ਰਿਕੁਐਸਟ ਕਰ ਰਹੀ ਹਾਂ ਕਿ ਜਿਹੜੇ ਬਿਮਾਰੀ ਦੇ ਇਲਾਜ ਹੈ ਨਾ ਉਹਨਾਂ ਨੂੰ ਫਾਰਵਰਡ ਕਰਦੇ ਰਹਿਣਾ ਕੋਈ ਚੀਜ਼ ਜਿਹੜੀ ਪ੍ਰੂਵ ਨਹੀਂ ਹੋਈ ਫਾਰਵਰਡ ਕਰਨਾ ਸਾਨੂੰ ਆਉਂਦਾ ਨਹੀਂ ਪੁਰਾਣੇ ਬੰਦੇ ਆ ਜੀ ਅਸੀਂ ਓਕੇ ਤੁਸੀਂ ਦੱਸੋ ਚਲੋ ਮੈਂ ਵੈਸੇ ਬਹੁਤ ਨਹੀਂ ਟਾਈਮ ਲੈਂਦਾ ਥੋੜਾ ਡੋਂਟ ਵੇਸਟ ਟਾਈਮ ਬਾਈ ਨਹੀਂ ਨਹੀਂ ਟਾਈਮ ਦੀ ਨਹੀਂ ਗੱਲ ਧਰਮ ਹਾਂਜੀ ਚਲੋ ਸ਼ਰਮ ਕਰਮ ਤੇ ਧਰਮ ਛੱਡਤੇ ਇਨਸਾਨ ਨੇ ਹੈ ਨਹੀਂ ਬਿਲਕੁਲ ਹਾਂਜੀ ਸਾਰੇ ਬੰਦੇ ਸਿਆਣੇ ਨੇ ਯਾਰ ਜ਼ੋਰ ਜ਼ਮੀਨ ਤਿੰਨ ਤੇ ਜ਼ਿਆਦਾ ਆਪਾਂ ਨੇ ਉਹ ਕਰਤਾ ਯਾਰ ਜ਼ਮੀਨ ਜ਼ੋਰ ਹੈ ਨਹੀਂ ਜੀ 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 ਦੂਜੀ ਬੇਨਤੀ ਇਹ ਹੈ ਵੀ ਇਸ ਬਾਰੇ ਮੈਂ ਪੜ੍ਹਿਆ ਸੀਗਾ 1929 ਚ ਆਏ ਕਿ ਇਹ ਮਹਾਂਮਾਰੀ ਕਹਿ ਲਓ ਜੋ ਕਹਿ ਲਓ ਆਫਤ ਕਹਿ ਲਓ 1942 ਚ ਆਇਆ 49 ਚ 67 ਹੁਣ 19 ਆਇਆ ਅੱਛਾ ਜੀ ਤੇ ਕੁਦਰਤ ਨੇ ਫਿਰ ਤੁਹਾਨੂੰ ਠੀਕ ਕਰਨ ਦੀ ਖਾਤਰ ਆਪਣਾ ਕੋਈ ਨਾ ਕੋਈ ਕਰਨਾ ਹੀ ਹੈ ਇਹਦੇ ਬਾਰੇ ਮੈਂ ਕੁਛ ਦੱਸਣਾ ਹੀ ਚਾਹੁੰਦਾ ਸਾਰੇ ਸਿਆਣੇ ਆ ਨਹੀਂ ਓਕੇ ਠੀਕ ਹੈ ਸਪੋਜ਼ ਕਰੋ ਮੇਰੇ ਪਾ ਇੱਕ ਟਰੱਕ ਹੈ ਮੈਂ 30 ਬਣਾ ਲਏ ਜੇ ਤਾਂ ਮੈਂ ਹੋਨੈਸਟੀ ਨਾਲ ਬਣਾਏ ਤਾਂ ਉਹ ਚੱਲਣਗੇ ਨਹੀਂ ਉਹ 30 ਵੀ ਜਾਣਗੇ ਪਹਿਲਾਂ ਵੀ ਜਾਊਗਾ ਹੈ ਨਹੀਂ ਇਹ ਵੀ ਕੁਦਰਤ ਦਾ ਨਿਯਮ ਹੈ ਦੂਜੀ ਗੱਲ ਤੁਸੀਂ ਕਹੀ ਤੀ ਜਦ ਮਰ ਜਾਂਦੇ ਆ 2 ਦਿਨ ਬਾਅਦ ਭੁੱਲ ਜਾਂਦੇ ਆ 2 ਦਿਨ ਤਾਂ ਛੱਡੋ ਤੁਸੀਂ 15-20 ਮਿੰਟ ਬਾਅਦ ਇਹ ਬੰਦਾ ਭੁੱਲ ਜਾਂਦਾ ਉੱਥੇ ਉੱਥੇ ਯਾਦ ਰਹਿੰਦਾ ਰੱਬ ਤੇ ਮੌਤ ਸਹੀ ਕਹਿੰਦੇ ਹਾਂਜੀ ਰੁਝਾਨਾਂ 'ਚ ਰੁੱਝ ਜਾਂਦਾ ਜ਼ਿੰਦਗੀ 'ਚ ਹੈ ਨਹੀਂ ਤੇ ਦੂਜੀ ਮੈਂ ਬੇਨਤੀ ਕਰਾਂ ਵੀ ਥੋੜ੍ਹੇ ਜਿਹੇ ਜੇ ਬੰਦਾ ਖਾਣ ਪੀਣ ਦਾ ਤੇ ਆਪਣੀਆਂ ਕੁਛ ਲਈ ਜਾਵੇ ਜਿਵੇਂ ਮੈਂ ਕੁਛ ਦੱਸਣ ਲੱਗਿਆ ਤੁਹਾਨੂੰ ਹੁਣ ਜਿਵੇਂ ਗੁੜ ਹੋਇਆ ਕਾਲੀ ਮਿਰਚ ਹੋਈ ਲੌਂਗ ਪਾ ਲਏ ਇਹਨਾਂ ਦੀ ਚਾਹ ਪੀਣੀ ਚਾਹੀਦੀ ਬਜਾਏ ਦੂਜੀਆਂ ਚਾਹਾਂ ਦੇ ਠੀਕ ਹੈ ਕਦੇ ਕਦੇ ਨਿੰਮ ਦੀ ਚਾਹ ਪੀ ਲੈਣੀ ਚਾਹੀਦੀ ਹੈ
ਜੇ ਕੌੜੀ ਹੁੰਦੀ ਹੈ ਚਰੇਤੇ ਦੀ ਚਾਹ, ਪੁਦੀਨੇ ਦੀ ਚਾਹ, ਪੁਦੀਨਾ ਖਾ ਵੀ ਲੈਣਾ ਚਾਹੀਦਾ ਹਰੀਆ ਧੋ ਸਾਫ ਕਰਕੇ। ਜਿਹੜਾ ਸੰਗਤਰਾ ਹੈਗਾ ਉਹ ਇਹਦੇ ਵਾਸਤੇ ਬਹੁਤ ਬੈਸਟ ਹੁੰਦਾ ਹੈ ਨੀ, ਸੰਗਤਰਾ ਖਾਣਾ ਚਾਹੀਦਾ ਹੋਰ ਚੀਜ਼ਾਂ ਨਾਲੋਂ। ਫਾਸਟ ਫੂਡ ਤਾਂ ਲੋਕਾਂ ਨੂੰ ਹਟਦੇ ਨਹੀਂ ਹੈ, ਜਿੰਨਾ ਮਰਜ਼ੀ ਕਹੀ ਜਾਓ, ਪਰ ਮੈਂ ਤਾਂ ਨਾ ਖਾਧਾ, ਮੈਂ ਐਡਵਾਈਜ਼ ਕਰਦਾ ਵੀ ਇਹ ਵੀ ਨਾ ਖਾਧੇ ਜਾਣ। ਠੀਕ ਹੈ, ਬਹੁਤ ਵਧੀਆ। ਮਲੱਠੀ ਖੰਘ ਤੇ, ਮਲੱਠੀ ਖੰਘ ਤੇ ਲਈ ਜਾ ਸਕਦੀ ਹੈ, ਜੇ ਖੰਘ ਹੈਗੀ ਤੁਸੀਂ ਥੋੜਾ ਜਿਹਾ ਗੁੜ ਲਿਓ, ਕਾਲਾ ਜਿਹੜਾ ਗੁੜ ਹੁੰਦਾ ਹੈ ਨੀ, ਚਿੱਟਾ ਗੁੜ ਨਹੀਂ ਲੈਣਾ, ਗਰਮ ਪਾਣੀ ਇੱਕ ਗਿਲਾਸ ਪੀਓ। ਤੇ ਦੂਜੀ ਗੱਲ ਹੈ ਜਿਹੜਾ ਜਰਮ ਦੀ ਮਨਿਆਦ ਬਹੁਤ ਹੀ ਨਹੀਂ ਹੈ, ਤੋਂ ਡਰਨ ਦੀ ਲੋੜ ਨਹੀਂ ਹੈ ਨੀ, ਬਹੁਤ ਵਧੀਆ, 8 ਘੰਟੇ ਦੀ ਮਨਿਆਦ ਹੈ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਸੌਰੀ ਮੈਂ ਇਸ ਫੋਨ ਕਾਲ ਨੂੰ ਜ਼ਰੂਰ, ਕਿਉਂਕਿ ਇਸੀ ਦਾ ਡਰ ਸੀ ਮੈਨੂੰ ਕਿ ਜਿਹੜੀਆਂ ਅਸੀਂ ਘਰੇਲੂ ਜਿਹੜੀਆਂ ਚੀਜ਼ਾਂ ਦੱਸਦੇ ਹਾਂ ਨਾ ਕਿ ਕਾਲੀ ਮਿਰਚ ਆ ਉਹ ਬਹੁਤ ਅੱਛਾ, ਉਹ ਸਾਰੀਆਂ ਚੀਜ਼ਾਂ ਤੁਹਾਡੀ ਇਮਿਊਨਿਟੀ ਵਧਾਉਣ ਨੂੰ ਹੋ ਸਕਦੀਆਂ। ਆਯੁਰਵੈਦਿਕ ਜੋ ਵੀ ਰਿਕਮੈਂਡੇਸ਼ਨਸ ਹੈ ਕਿ ਤੁਸੀਂ ਆਪਣੀ ਇਮਿਊਨਿਟੀ, ਵਿਟਾਮਿਨ ਸੀ ਅਸੀਂ ਸਾਰੇ ਘਰਾਂ 'ਚ ਲੈ ਰਹੇ ਹਾਂ, ਮੈਂ ਸਾਰੇ ਆਪਣੇ ਫਰੈਂਡਸ ਫੈਮਿਲੀ ਨੂੰ ਸਭ ਨੂੰ ਹੱਥ ਪਕੜਾ ਰਹੀ ਹਾਂ, ਫਰੈਂਡਸ ਨੂੰ ਕਹਿ ਰਹੀ ਹਾਂ ਕਿ ਰੋਜ਼ ਜ਼ਰੂਰ ਲਓ, ਕਿਉਂਕਿ ਓਵਰਆਲ ਸਾਡੀ ਇਮਿਊਨਿਟੀ ਬੈਟਰ ਹੋਏ। ਪਰ ਇਸ ਪਰਟੀਕੁਲਰ ਵਾਇਰਸ ਦਾ ਇਹ ਇਲਾਜ ਹੈ, ਇਹ ਅਸੀਂ ਕਲੇਮ ਨਹੀਂ ਕਰਦੇ, ਔਰ ਮੈਂ ਡਿਸਕਰੇਜ ਕਰਦੀ ਹਾਂ ਕਿ ਇਹੋ ਜਿਹੀਆਂ ਚੀਜ਼ਾਂ ਅਸੀਂ ਨਾ ਕਹੀਏ, ਕਿਉਂਕਿ ਕੋਈ ਬੰਦੇ ਇਹ ਨਾ ਹੋਏ ਕਿ ਮੈਂ ਤਾਂ ਇਹ ਚੀਜ਼ ਲੈ ਰਿਹਾ ਅਤੇ ਮੈਂ ਸੇਫ ਹਾਂ, ਯੂ ਨੋ ਵਟ ਆਈ ਮੀਨ, ਉਹ ਚੀਜ਼ ਨਹੀਂ ਆਉਣੀ ਚਾਹੀਦੀ, ਕਿਉਂਕਿ ਮੈਂ ਇਹ ਵਾਲਾ ਇਲਾਜ ਕਰ ਰਿਹਾ ਮੈਨੂੰ ਨਹੀਂ ਹੋ ਸਕਦਾ, ਕਿਉਂਕਿ ਇਸ ਵਾਇਰਸ ਦੇ ਬਾਰੇ ਕੁਛ ਨਹੀਂ ਪਤਾ ਹਾਲੇ। ਸੋ ਇਸ ਪਿੱਛੇ ਕੋਈ ਅਸੀਂ ਕਲੇਮ ਨਹੀਂ ਕਰਦੇ ਕਿ ਇਹ ਵਾਲਾ ਇਲਾਜ ਕਰਨ ਨਾਲ ਵਾਇਰਸ ਨਹੀਂ ਹੋਏਗੀ। ਓਵਰਆਲ ਇਮਿਊਨਿਟੀ ਤੁਸੀਂ ਹੈਲਦੀ ਲਿਵਿੰਗ ਵਾਸਤੇ ਘੱਟ ਫਾਸਟ ਫੂਡ ਨਾ ਖਾਓ, ਘਰ ਦਾ ਖਾਓ, ਯੂ ਨੋ ਸੰਤਰੇ, ਲੈਮਨ, ਜੋ ਵੀ ਤੁਸੀਂ ਯੂ ਨੋ ਮੋਰ ਵਿਟਾਮਿਨ ਸੀ ਫੂਡ ਵਾਲੇ ਖਾਓ, ਉਹ ਸਾਰਾ ਕੁਛ ਠੀਕ ਹੈ। ਬਟ ਸਪੈਸ਼ਲੀ ਇਸ ਵਾਸਤੇ ਮੈਂ ਡਿਸਕਰੇਜ ਕਰ ਰਹੀ ਹਾਂ ਕਿ ਉਹ ਜਿਹੇ ਮੈਸੇਜਿਸ ਵੀ ਸਪੈਸ਼ਲੀ ਯੂ ਨੋ ਜਿਹੜੇ ਇੱਕ ਪਾਸੋਂ ਆਉਂਦੇ ਹੈ ਕਿ ਸਾਨੂੰ ਇਲਾਜ ਮਿਲ ਗਿਆ, ਇਹ ਹੋ ਗਿਆ, ਉਹਨਾਂ ਨੂੰ ਫੋਰਵਰਡ ਨਾ ਕਰੋ, ਕਿਉਂਕਿ ਆਲ ਵੀ ਆਰ ਗੈਟਿੰਗ ਇਜ਼ ਦਿਸ ਐਂਡ ਉਹਦੀ ਕੋਈ ਔਥੈਂਟਿਸਿਟੀ ਨਹੀਂ ਹੈ। ਸੋ ਇੱਕ ਵਾਰੀ ਫਿਰ ਕਹਾਂਗੀ ਕਿ ਜੋ ਵੀ ਕੋਈ ਮੈਸੇਜ ਮਿਲਦਾ, ਕੋਈ ਨਿਊਜ਼ ਟਾਈਪ ਦਾ ਮਿਲਦਾ ਜਾਂ ਕੋਈ ਇਲਾਜ ਟਾਈਪ ਦਾ ਮਿਲਦਾ, ਉਹਦੀ ਔਥੈਂਟਿਸਿਟੀ ਦੇਖੋ, ਫਿਰ ਕੁਛ ਉਹਦੇ ਬਾਰੇ ਕਰੋ, ਜ਼ਰੂਰ ਦੇਖੋ ਕਿਹਦਾ ਪੋਸਟ ਹੈ, ਰਿਸਰਚਡ ਹੈ, ਕੀ ਹੈਗਾ, ਅਦਰਵਾਈਜ਼ ਇਟਸ ਯੂ ਨੋ ਨੋ ਗੁੱਡ। ਉਹ ਤੁਸੀਂ ਜਿਹੜਾ ਹੈਲਪ ਕਰਨਾ ਚਾਹ ਰਹੇ ਹੋ, ਹੈਲਪ ਨਹੀਂ, ਉਹ ਦੂਜੇ ਪਾਸੇ ਜਾਂਦੀ ਹੈ, ਉਹੀ ਜਿਹੜੀ ਇੰਗਜ਼ਾਇਟੀ ਔਰ ਫੀਅਰ ਕ੍ਰੀਏਟ ਕਰਦੀ ਹੈ, ਉਹ ਕਿ ਸਾਰੇ ਉਹਦੇ ਬਾਰੇ ਗੱਲ ਕਰ ਰਹੇ ਆ, ਹਾਏ ਕੀ ਕਰਾਂ, ਇਹ ਕਰਾਂ ਕਿ ਇਹ ਕਰਾਂ, ਯੂ ਨੋ ਉਹ ਉਹਦੇ 'ਚ ਖੱਜਲਪਣਾ। ਸੋ ਸਤਵੰਤ ਜੀ ਵੀ ਕਹਿ ਰਹੇ ਹਾਂ ਕਿ ਜ਼ਰੂਰ ਐਜ਼ ਅ ਅਸੀਂ ਹੋਪ ਕਰਦੇ ਹਾਂ ਕਿ ਸਾਰਾ ਇੱਕ ਇਹ ਗਰੀਡ, ਯੂ ਨੋ ਸਹੀ ਕਹਿ ਰਹੇ ਨੇ, ਕਿਤਨਾ ਗਰੀਡ ਅਸੀਂ ਉਹ, ਈਵਨ ਆਈ ਕੁੱਡ ਨਾਟ ਬਿਲੀਵ ਇਟ ਕਿ ਯੂ ਨੋ ਹੈਂਡ ਸੈਨੇਟਾਈਜ਼ਰਸ ਹੈ, ਇੱਕ ਬੰਦਾ ਉਹ ਹੈ ਕਿ ਉਹਨੇ ਸਾਰੇ ਹੀ ਲੈ ਲਏ, ਉਹਨੂੰ ਇੰਨੀ ਇੰਝ ਲੱਗਦੇ ਜਿਵੇਂ ਇਲਮ ਹੀ ਨਹੀਂ, ਉਹਨੂੰ ਇਸ ਚੀਜ਼ ਦੀ ਧਿਆਨ ਹੀ ਨਹੀਂ ਕਿ ਮੈਂ ਗਲਤ ਕਰ ਰਿਹਾ। ਉਹ ਬਈ ਤੁਸੀਂ ਆਪ ਨੀ ਕਿਸੇ ਨੂੰ ਵੇਚੋਗੇ ਜ਼ਿਆਦਾ, ਉਸ ਵੇਲੇ ਵੀ, ਇਸ ਵੇਲੇ ਵੀ ਗਰੀਡ, ਇਸ ਵੇਲੇ ਵੀ ਲਾਲਚ, ਜਦੋਂ ਤੁਹਾਡਾ ਬਿਲਕੁਲ ਪਤਾ ਨਹੀਂ ਲੱਗ ਰਿਹਾ ਕਿਹਨੇ ਜੀਣਾ ਕਿਹਨੇ ਨਹੀਂ ਜੀਣਾ, ਅਤੇ ਉਸ ਵੇਲੇ ਤੁਹਾਡਾ ਲਾਲਚ, ਮਾਸਕ ਹੈ, ਲੋਕ ਮਾਸਕ ਐਕਸਟਰਾ ਪੈਸੇ 'ਤੇ ਵੇਚ ਰਹੇ ਹੈ। ਉਹ ਕਿਸੇ ਫਰੈਂਡ ਦਾ ਵੀ ਆਇਆ ਮੈਸੇਜ ਕਿ ਹਾਂਜੀ ਯੂ ਨੋ ਮੇਰੇ ਫਰੈਂਡ ਮੈਸੇਜ ਉਹ ਦੇ ਰਹੇ ਹੈ, ਕੀ ਕਹਿੰਦੇ ਆ, ਮਾਸਕ ਦੇ ਰਹੇ ਹੈ $10-10 ਦਾ, ਮੈਂ ਤੁਹਾਨੂੰ ਦਵਾ ਦਾਂਗਾ। ਉਹ ਯਾਰ $10-10 ਦਾ ਅਗਰ ਵਾਕਈ ਕੰਮ ਦਾ ਹੈਗਾ ਤਾਂ ਫਰੀ ਵੇਚ ਦਿਓ ਇਸ ਵੇਲੇ, ਜਿੱਦਾਂ ਦੈਟਸ ਨਥਿੰਗ, ਬਟ ਇਸ ਵੇਲੇ $2 ਦਾ ਮਾਸਕ, $10 ਦਾ, $20 ਦਾ ਵੇਚਣਾ, ਵਟਸ ਦਾ ਪੁਆਇੰਟ ਇਨ ਇਟ, ਕਿੱਥੇ ਲੈ ਕੇ ਜਾਵਾਂਗੇ ਇਹ ਵਾਲਾ ਪੈਸਾ। ਸੋ ਗਰੀਡ ਦਾ ਤਾਂ ਪਹਿਲੇ ਸਾਨੂੰ ਇੱਥੇ ਪਹੁੰਚੇ ਹਾਂ, ਬਿਕੋਜ਼ ਵੀ ਡੋਂਟ ਹਾਈਜੀਨ ਨੂੰ ਮੇਨਟੇਨ, ਕਿੱਥੋਂ ਤਾਂ ਸ਼ੁਰੂਆਤ ਹੋਈ ਹੈ ਨਾ ਇਹ ਚੀਜ਼ ਜਿਹੜੀ ਇੰਨਾ ਫੈਲੀ, ਉਹਨਾਂ ਨੇ ਵੀ ਦੱਸਿਆ ਨਹੀਂ ਜਿੱਥੋਂ ਸ਼ੁਰੂ ਹੈ, ਟ੍ਰਾਂਸਪੇਰੈਂਸੀ ਨਹੀਂ ਸੀ, ਦੇਰ ਨਾਲ ਪਤਾ ਲੱਗਿਆ, ਤਾਂ ਇੱਥੇ ਤੱਕ ਸਾਡੀ ਜਿਹੜੀ ਯੂ ਨੋ ਗਲੋਬਲ ਕਮਿਊਨਿਟੀ ਹੈ ਪਹੁੰਚ ਗਈ ਹੈ। ਬਟ ਐਨੀਵੇਜ਼ ਸੋ ਮੈਨੀ ਥਿੰਗਸ ਕਿ ਔਰ ਜਿਹੜਾ ਤੁਸੀਂ ਉਹ ਕਿਸੇ ਨੇ ਉਹਦੇ 'ਚ ਵੀ ਪੁੱਛਿਆ ਹੁਣੇ ਟੈਕਸਟ 'ਤੇ ਵੀ ਕਿ ਯੂ ਨੋ ਫਲੈਟਨ ਦਾ ਕਰਵ ਦਾ ਕੀ ਮਤਲਬ ਹੈ, ਸਾਰੇ ਬੜਾ ਇਹ ਚੀਜ਼ ਕਹਿ ਰਹੇ ਹੈ ਕਿ ਇੱਕਦਮ ਬਹੁਤ ਹੋਏਗਾ ਫਿਰ ਨੀ ਘਟਦਾ ਜਾਏਗਾ ਫਿਰ ਠੀਕ ਹੋ ਜਾਏਗਾ, ਕਹਿੰਦੇ ਨਿਊ ਯੂ ਐੱਸ ਕੇ ਕਰਨ ਦੀ ਕੋਸ਼ਿਸ਼ ਕਰੀਏ, ਫਲੈਟਨ ਕਰਨ ਦੀ ਕੋਸ਼ਿਸ਼ ਕਰੀਏ, ਕਹੋ ਉਹਦਾ ਮਤਲਬ ਕੀ ਹੈ। ਉਹਦਾ ਮਤਲਬ ਸਿਰਫ ਇੰਨਾ ਹੈ ਕਿ ਇਟਲੀ ਨੂੰ ਮਾਡਲ ਰੱਖ ਕੇ ਕਿ ਪਹਿਲੇ ਸਾਡੇ ਤੋਂ ਉਹਨਾਂ ਨੂੰ ਪ੍ਰੋਬਲਮ ਆਈ, ਬਹੁਤ ਬੁਰਾ ਹਾਲ ਹੋਇਆ ਉਹਨਾਂ ਦਾ, ਪਰ ਉਹਨਾਂ ਕੋਲ ਮੈਡੀਕਲ ਸਰਵਿਸਿਜ਼ ਪਹਿਲੇ ਉਹਨਾਂ ਨੇ ਸਾਰੇ ਉਹੀ ਕਹਿ ਰਹੇ ਕਿ ਉਹਨਾਂ ਨੇ ਇੰਨਾ
ਸੋਸ਼ਲ ਡਿਸਟੈਂਸਿੰਗ ਔਰ ਉਹ ਸਾਰੇ ਨੂੰ ਇੰਨਾ ਸੀਰੀਅਸਲੀ ਨਹੀਂ ਲਿਆ ਅਤੇ ਬਹੁਤ ਬੰਦਾ ਜ਼ਿਆਦਾ ਬਿਮਾਰ ਹੋ ਗਿਆ। ਜਦੋਂ ਬਹੁਤ ਬੰਦਾ ਜ਼ਿਆਦਾ ਬਿਮਾਰ ਹੋ ਜਾਏਗਾ ਤਾਂ ਤੁਸੀਂ ਉਹਨਾਂ ਨੂੰ ਡਾਕਟਰਸ, ਮੈਡੀਕਲ ਸਟਾਫ, ਹੋਸਪਿਟਲਸ, ਹੋਸਪਿਟਲਸ ਦੇ ਵਿੱਚ ਲੋੜ ਵਾਲੀਆਂ ਚੀਜ਼ਾਂ, ਵੈਂਟੀਲੇਟਰਸ, ਮਾਸਕ, ਗਾਊਨ, ਸਭ ਕੁਝ ਜੋ ਚੀਜ਼ਾਂ ਚਾਹੀਦੀਆਂ ਤੁਹਾਨੂੰ, ਜੋ ਲਾਈਫ ਸੇਵਿੰਗ ਮੈਡੀਸਿਨਸ ਚਾਹੀਦੀਆਂ, ਉਹ ਲਿਮਿਟਿਡ ਹੈ। ਇੱਕ ਰਿਸੋਰਸਿਸ ਹਮੇਸ਼ਾ ਕਿਸੇ ਆਕਾਸ਼ 'ਤੇ ਹੈ ਨਾ, ਇਨਫਨਾਈਟ 'ਤੇ ਹੈ ਨਹੀਂ। ਸੋ ਉਹ ਘੜੀ ਨਾ ਆਏ ਕਿ ਸਾਡੇ ਜਿਹੜੇ ਮੈਡੀਕਲ ਸਿਸਟਮ ਹੈ, ਹੈਲਥ ਸਿਸਟਮ ਹੈ, ਸਾਰਾ ਇੰਡਸਟਰੀ ਹੈ, ਉਹ ਓਵਰਵੈਲਮ ਹੋ ਜਾਏ, ਉਹ ਨੌਬਤ ਨਾ ਆਏ। ਇਸ ਪਿੱਛੇ ਅਸੀਂ ਉਹ ਕਹਿੰਦੇ ਹਾਂ ਕਿ ਫਲੈਟਨ ਕਰੀਏ ਪੀਕ ਨੂੰ, ਤਾਂ ਕਿ ਸੋਸ਼ਲ ਡਿਸਟੈਂਸਿੰਗ ਕਰਕੇ ਥੋੜ੍ਹਾ ਸ਼ਾਇਦ ਲੰਬਾ ਚਲਾ ਜਾਏ ਟਾਈਮ, ਪਰ ਲੰਘ ਜਾਏਗਾ ਔਰ ਬਹੁਤ ਕ੍ਰਿਟੀਕਲ ਨਹੀਂ ਹੋਣਗੇ ਲੋਕ। ਸੋ ਸਟੇ ਸੇਫ ਬਹੁਤ ਜ਼ਰੂਰੀ ਹੈ, ਐਂਡ ਆਪਣੇ ਖਿਆਲਾਂ 'ਚੋਂ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਨਾ ਕੱਢੋ, ਉਹਨਾਂ ਨੂੰ ਫੋਨ ਕਰੋ, ਟੈਕਸ ਕਰੋ, ਫੇਸ ਟਾਈਮ ਕਰੋ, ਉਹਦੇ ਵਿੱਚ ਜਿਸ ਤਰ੍ਹਾਂ ਅਸੀਂ ਗੱਲਾਂ ਕਰ ਰਹੇ ਹਾਂ ਉਹ ਜ਼ਰੂਰ ਕਰਦੇ ਰਹੋ। ਤਾਂ ਕਿ ਇਹ ਵੀ ਟਾਈਮ ਬੜਾ ਔਖਾ ਹੈ ਜਦੋਂ ਆਈਸੋਲੇਸ਼ਨ ਦਾ, ਜਿਹੜੇ ਇਕੱਲੇ ਹੈ, ਕਿਤੇ ਉਹ ਬਿਲਕੁਲ ਇਕੱਲੇ ਨਾ ਫੀਲ ਕਰਨ, ਉਹਨਾਂ ਨੂੰ ਚੈੱਕ ਕਰਦੇ ਰਹੋ ਫੋਨ ਦੇ ਉੱਤੇ। ਐਂਡ ਐਂਗਜ਼ਾਇਟੀ ਔਰ ਮੈਂਟਲ ਹਾਈਜੀਨ ਵਾਸਤੇ, ਮੈਂਟਲ ਹੈਲਥ ਵਾਸਤੇ ਵੀ ਥੋੜ੍ਹਾ ਔਖਾ ਟਾਈਮ ਹੈ, ਕਿਉਂਕਿ ਅਸੀਂ ਕਹਿ ਰਹੇ ਹਾਂ ਹੱਥ ਧੋਵੋ। ਕਈ ਬੰਦੇ ਪਹਿਲਾਂ ਹੀ OCD ਹੁੰਦੀ ਹੈ, ਓਬਸੈਸਿਵ ਕੰਪਲਸਿਵ ਡਿਸਆਰਡਰਸ ਹੁੰਦੇ ਨਾ, ਹੱਥ ਧੋਂਦੇ ਰਹਿੰਦੇ ਹੈ, ਉਹਨਾਂ ਵਾਸਤੇ ਥੋੜ੍ਹਾ ਮਾੜਾ, ਕਿਉਂਕਿ ਉਹ ਪਹਿਲਾਂ ਹੀ ਘਬਰਾਏ ਹੋਏ ਹੈ, ਐਂਸ਼ੀਅਸ ਹੈ, ਉਹ ਫਿਰ ਹੋਰ ਧੋਣ। ਸੋ ਉਹਨਾਂ ਵਾਸਤੇ ਹੈ ਕਿ ਪਲੀਜ਼ ਡੀਪ ਬਰੀਦ, ਅੰਡਰਸਟੈਂਡ ਕਿ ਇਹ ਚੀਜ਼ ਸਾਰਿਆਂ ਨਾਲ ਹੋ ਰਹੀ ਹੈ, ਐਂਡ ਆਪਣਾ ਨਿਰਧਾਰਿਤ ਕਰ ਲਓ ਕਿ ਮੈਂ 3 ਵਾਰੀ ਹੱਥ ਧੋਣੇ, ਬਹੁਤ ਜ਼ਿਆਦਾ ਨਹੀਂ ਧੋਣੇ, ਇਸ ਵੇਲੇ ਧੋਣਾ ਹੈ, ਇਸ ਵੇਲੇ ਧੋਣਾ ਹੈ, 4 ਵਾਰੀ ਧੋਣਾ। ਮਤਲਬ ਇਹ ਨਹੀਂ ਕਿ ਹਰ ਵੇਲੇ ਉੱਥੇ ਹੀ ਧਿਆਨ ਹੋਏ ਔਰ ਤੁਹਾਡੇ ਹੱਥ ਹੀ ਹੋ ਜਾਣ। ਸੋ ਬਹੁਤ ਜ਼ਰੂਰੀ, ਔਰ ਜ਼ਰੂਰੀ ਹੈ ਤਾਂ ਫੋਨ ਕਰੋ ਆਪਣੇ ਡਾਕਟਰ ਨੂੰ, ਸਾਈਕੈਟ੍ਰਿਸਟ ਨੂੰ, ਫੋਨ 'ਤੇ ਉਹਨਾਂ ਦੇ ਨਾਲ ਗੱਲ ਜ਼ਰੂਰ ਕਰੋ ਅਗਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਲੋੜ ਹੈ। ਮੈਂ ਇੱਕ ਹੋਰ ਕਾਲ ਲੈ ਲੈਂਦੀ ਹਾਂ, ਲੈਟਸ ਸੀ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ? ਮੇਰੀ ਆਵਾਜ਼ ਆ ਰਹੀ ਹੈ? ਪਲੀਜ਼ ਫੋਨ 'ਤੇ ਰਵੋ, ਦੱਸੋ ਕੀ ਕਹਿ ਰਹੇ ਹੋ, ਔਰ ਗੋ ਅਵੇ ਫਰੋਮ ਦ TV। ਟਾਈਮ ਹੋਰ ਇਜਾਜ਼ਤ ਨਹੀਂ ਦੇ ਰਿਹਾ। ਸੋ ਥੈਂਕ ਯੂ ਸੋ ਮਚ, ਆਈ ਐਮ ਹੋਪਿੰਗ ਕਿ ਹੁਣ ਅੱਗੇ ਜਦੋਂ ਅਸੀਂ ਮੁਲਾਕਾਤ ਕਰਦੇ ਹਾਂ ਤਾਂ ਆਪਣਾ ਵਾਪਸ ਆਪਣੀ ਗੱਲਬਾਤ ਦੀਆਂ ਗੱਲਾਂ, ਕਿਉਂਕਿ ਕੇਸਿਸ ਮੇਰੇ ਕੋਲ ਆਏ ਹੋਏ ਹੈ, ਪਰ ਇਹ ਬਹੁਤ ਜ਼ਰੂਰੀ ਸੀ ਕਿ ਅਸੀਂ ਪਰਿਵਾਰ 'ਚ ਪਹਿਲੇ ਇਸ ਚੀਜ਼ ਬਾਰੇ ਗੱਲ ਜ਼ਰੂਰ ਕਰੀਏ, ਜਿਹਦੇ ਬਾਰੇ ਸਾਡਾ ਸਾਰਿਆਂ ਦਾ ਧਿਆਨ ਜ਼ਰੂਰ ਹੈ। ਧਿਆਨ ਹੋਵੇ, ਅਸੀਂ ਕੌਨਸ਼ੀਅਸ ਹੋਈਏ, ਫੋਲੋ ਕਰੀਏ ਇੰਸਟਰਕਸ਼ਨਸ, ਕਿਉਂਕਿ ਸਭ ਵਿੱਚ ਉਹਨਾਂ 'ਚ ਕੋਈ ਦਮ ਹੈ। ਈਵਨ ਇਫ ਯੂ ਨੋਟ ਅੰਡਰਸਟੈਂਡਿੰਗ ਰਾਈਟ ਨਾਓ ਕਿ ਸੋਸ਼ਲ ਡਿਸਟੈਂਸਿੰਗ ਕਿਉਂ, ਪਰ ਉਹਦੇ 'ਚ ਮਤਲਬ ਹੈ। ਸੋ ਫੋਲੋ ਇਟ, ਸੀਰੀਅਸਲੀ ਫੋਲੋ ਇਟ, ਐਂਡ ਦੈਨ ਯੂ ਨੋ ਇੰਜੋਏ ਦਿਸ ਟਾਈਮ, ਟਰਾਈ ਟੂ ਮੇਕ ਗੁੱਡ ਯੂਜ਼ ਆਫ ਦਿਸ ਟਾਈਮ, ਕਿਉਂਕਿ ਜਦੋਂ ਇਹ ਟਾਈਮ ਨਿਕਲ ਜਾਣਾ ਫਿਰ ਲੱਗਦਾ ਕਿ ਉਹ ਇਹ ਉਸ ਵੇਲੇ ਟਾਈਮ ਸੀਗਾ ਨਾ, ਅਸੀਂ ਇਹ ਕਰ ਲੈਂਦੇ। ਹੁਣ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।